ਵੇਖੋ ਗੱਲ ਇਹ ਆ ਜੀ ਵੀ ਇੱਕ ਤਰੀਕ ਨੂੰ ਪਈਆਂ ਵੋਟਾਂ ਅਤੇ ਉਹਦੇ 'ਚ ਦੋ ਕੁ ਦਿਨ ਰੱਖੇ ਨੇ ਕਿਉਂਕਿ 4 ਨੂੰ ਆਉਣਾ ਨਤੀਜਾ ਅਤੇ ਹੁਣ ਉਹਦੇ ਵਿੱਚ ਵਿੱਚ ਧੁੜਕੂ ਇਸ ਕਰਕੇ ਹਰੇਕ ਪਾਸੇ ਵੱਧ ਗਿਆ ਕਿਉਂਕਿ ਜੋ ਕੁਛ ਐਗਜ਼ਿਟ ਪੋਲ ਕਹਿੰਦੇ ਨੇ ਉਹ ਬਹੁਤਾ ਕਰਕੇ ਵਿਰੋਧੀ ਧਿਰਾਂ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਜਿੱਤ ਜਾਣਾ ਉਹਨਾਂ ਦੇ ਸੰਘੋਂ ਥੱਲੇ ਨਹੀਂ ਉੱਤਰ ਰਿਹਾ ਅਤੇ ਜੇ ਆਪਾਂ ਰਾਜਕਰ ਦੀ ਧਿਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਦਾਅਵਾ ਇਹ ਹੈ ਵੀ ਐਗਜ਼ਿਟ ਪੋਲ ਤਾਂ ਸਾਨੂੰ ਘੱਟ ਦੱਸਦੇ ਨੇ ਸਾਡਾ ਕੰਮ ਅਜੇ ਹੋਰ ਵਧਣਾ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਕਹਿ ਲਓ ਅਜੀਬੋ ਗਰੀਬ ਸਥਿਤੀ ਹੈ ਜਿਹਦੇ 'ਚ ਵੇਟ ਕਰਨ ਤੋਂ ਇਲਾਵਾ ਹੋਰ ਕੁਛ ਨਹੀਂ ਕੀਤਾ ਜਾ ਸਕਦਾ। ਪਰ ਆਹ ਜਿਹੜੇ 2 ਦਿਨ ਆ ਇਹਦੇ 'ਚ ਦੋਨਾਂ ਧਿਰਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਤਿਆਰੀਆਂ ਵੀ ਕਰ ਲਈਆਂ ਅਤੇ ਇਲਜ਼ਾਮ ਤਰਾਸ਼ੀ ਵੀ ਕਰ ਲਈ। ਹੁਣ ਤਿਆਰੀਆਂ ਕਿਹੋ ਜਿਹੀਆਂ ਅਤੇ ਇਲਜ਼ਾਮ ਤਰਾਸ਼ੀ ਕਿੱਦਾਂ ਦੀ ਆਪਾਂ ਉਹਦੀ ਗੱਲ ਕਰਦੇ ਹਾਂ, ਪਰ ਉਹ ਤੋਂ ਪਹਿਲਾਂ ਆਪਾਂ ਪਰਮਵੀਰ ਸਿੰਘ ਬਾਠਵਰ ਨੂੰ ਨਾਲ ਜੋੜਦੇ ਹਾਂ। ਕੀ ਹਾਲ ਵਾਟ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣਾਓ, ਚੋਣਾਂ ਦਾ ਥਕੇਵਾਂ ਲਿਥਾ? ਹਾਂ, ਚੋਣਾਂ ਦਾ ਥਕੇਵਾਂ ਕਿਹੜਾ ਵੀ, ਮਤਲਬ ਆਪਾਂ ਕਿਹੜਾ ਵੀ ਚੋਣਾਂ ਦੇ ਵਿੱਚ ਪੱਠੇ ਵੜਦੇ ਰਹੇ ਵੀ ਉਹ ਗੁਰੂਆ ਧੌਣ ਹੀ ਮਤਲਬ ਵਾਲੀ ਪਾ ਲਿਆ। ਪਰ ਇੰਨਾ ਜ਼ਰੂਰ ਆ, ਲੀਡਰਾਂ ਦਾ ਥਕੇਵਾਂ ਜਿਹੜਾ ਉਹ ਜਿਹੜਾ ਲੈਣ ਦੀ ਉਹਨਾਂ ਨੂੰ ਆਸ ਸੀ ਮਾੜੀ ਮੋਟ, ਉਹ ਨਹੀਂ ਲੱਥਾ ਲੱਗਦਾ ਕਿਉਂਕਿ ਜਿੱਦਾਂ ਦੇ ਐਗਜ਼ਿਟ ਪੋਲ ਆਏ ਆ ਬਹੁਤਾ ਕਰਕੇ ਵਿਰੋਧੀ ਧਿਰਾਂ ਵਿਚਾਰੀਆਂ ਟੈਨਸ਼ਨ ਚਿੰਤਾ 'ਚ ਨੇ। ਅਤੇ ਆਪਾਂ ਉਹਦੇ 'ਤੇ ਜਾਣ ਤੋਂ ਪਹਿਲਾਂ ਇੱਕ ਬੜੀ ਇੰਪਾਰਟੈਂਟ ਖਬਰ ਕਰਨੀ ਆ। ਇੰਪਾਰਟੈਂਟ ਖਬਰ ਇਹ ਆ ਵੀ ਇੱਕ ਆਮ ਆਦਮੀ ਪਾਰਟੀ ਦਾ MLA ਸੀ ਜਲੰਧਰੋਂ, ਉਹ ਬੰਦਾ ਜਿੱਦਣ ਵੋਟਾਂ ਜੀਆਂ ਸ਼ੁਰੂ ਹੋਣ ਦੀ ਗੱਲ ਚੱਲੀ ਉੱਦਣ ਕਹਿੰਦਾ ਜਾਓ ਭਾਜੋ ਮੈਂ ਨਹੀਂ ਖੇਡਦਾ, ਮੈਂ ਛੱਡੀ MLA-ship। ਅਤੇ ਹੁਣ ਅਜੇ ਨਤੀਜਾ ਆਉਣ ਤੋਂ ਪਹਿਲਾਂ ਬੰਦਾ ਵਾਪਸ ਵੀ ਲੈ ਗਿਆ ਆਪਣਾ ਅਸਤੀਫਾ, ਉਹ ਕਹਿੰਦੇ ਨਾ ਮੈਂ MLA-ship ਕਿਉਂ ਛੱਡਾਂ ਭਾਈ। ਇਹ ਵੋਟਾਂ ਵੋਟਾਂ ਦੇ ਵਿੱਚ ਵਿੱਚ ਦੂਜੇ ਪਾਸੇ ਅਤੇ ਵੋਟਾਂ ਮੁੱਕਦਿਆਂ ਸਾਰ ਹੀ ਫਿਰ ਦੂਜੇ ਪਾਸੇ, ਇਹ ਸਮਝੋ ਬਾਹਰਲੀ ਕਹਾਣੀ ਨਹੀਂ ਹੋਊਗੀ ਥੋੜ੍ਹੀ ਜਿਹੀ? ਦੇਖੋ ਸੰਧਾਲੀਆ ਸਾਹਿਬ, ਸਮਾਂ ਚੇਤਾ ਕਰੋ, ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਮਾਂ ਸੀ ਜਦੋਂ ਸ਼ੀਤਲ ਅੰਗਰਾਲ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ MLA ਆਮ ਆਦਮੀ ਪਾਰਟੀ ਦੇ ਚੋਣ ਚਿੰਨ੍ਹ 'ਤੇ ਜਿੱਤੇ ਸੀ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਅਤੇ ਉਹਨਾਂ ਦੇ ਨਾਲ ਸੀ ਜਲੰਧਰ ਸੈਂਟਰਲ ਦੇ MLA ਆਮ ਆਦਮੀ ਪਾਰਟੀ ਦੇ, ਦੋਵੇਂ ਬੰਦੇ ਆਮ ਆਦਮੀ ਪਾਰਟੀ ਦੇ ਵਿਧਾਇਕ, ਅਤੇ ਦੋਵਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਆਹ ਦੇਖੋ ਜੀ ਓਪਰੇਸ਼ਨ ਲੋਟਸ ਚਲਾਉਂਦੇ ਆ, ਸਾਨੂੰ ਟੈਲੀਫੋਨ ਆਏ ਆ ਜੀ, ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਆ ਜੀ, ਸਾਨੂੰ ਕਹਿੰਦੇ ਸੀ ਕਿ ਤੁਸੀਂ ਆਪਣੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਆ ਜਾਓ ਜੀ, ਤੁਸੀਂ ਟਿਕਟਾਂ ਲੈ ਲਓ ਜੀ, ਤੁਸੀਂ ਅਹੁਦੇ ਲੈ ਲਓ ਜੀ, ਤੁਸੀਂ ਆਹ ਕਰ ਲਓ। ਯਾਨੀ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਦੋਸ਼ ਲਾਏ ਸੀ ਕਿ ਸਾਡੇ MLAs ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਲੋਕਾਂ ਦੇ ਮਨਾਂ 'ਚ ਸਵਾਲ ਸੀ ਕਿ ਕਿਹੜੇ MLA, ਅਤੇ ਉਦੋਂ ਫਿਰ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਸੀ, ਚਰਚਾ ਦੇ ਵਿੱਚ ਆਏ, ਚਲੋ ਕੋਈ ਗੱਲ ਨਹੀਂ। ਫਿਰ ਦੂਸਰੀ ਚਰਚਾ ਸ਼ੀਤਲ ਅੰਗਰਾਲ ਹੋਰਾਂ ਦੇ ਬਾਬਤ ਉਦੋਂ ਚੱਲੀ ਸੀ ਜਦੋਂ ਇਹ ਰੌਲਾ ਪੈ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਰਹੇ ਆ। ਦੋ ਦਿਨ ਉਹ ਕੁਛ ਨਾ ਬੋਲੇ, ਤੀਸਰੇ ਦਿਨ ਕਹਿੰਦੇ ਕਿ ਇੱਦਾਂ ਕਿੱਦਾਂ, ਮੈਂ ਤਾਂ ਭਾਈ ਦਰਸ਼ਨ ਕਰਨ ਗਿਆ ਸੀ, ਧਾਰਮਿਕ ਸਥਾਨਾਂ ਦੇ ਉੱਤੇ ਗਿਆ ਸੀ, ਇੱਦਾਂ ਦੀ ਤਾਂ ਗੱਲ ਹੀ ਕੋਈ ਨਹੀਂ, ਆ ਗਏ ਆਣ ਕੇ ਜਲੰਧਰ ਦੇ ਵਿੱਚ ਸਰਗਰਮੀਆਂ ਸ਼ੁਰੂ ਕਰਤੀਆਂ। ਚੌਥੇ ਕੁ ਦਿਨ ਉਦੋਂ ਹੀ ਪਤਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਉਸ ਵੇਲੇ ਦੇ MP ਅਤੇ ਅਗਲੀ ਜਲੰਧਰ ਲੋਕ ਸਭਾ ਚੋਣ ਦੇ ਲਈ ਉਸ ਵੇਲੇ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਨਾਲ ਇਹ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ, ਅਤੇ ਇਕੱਲੇ ਸ਼ਾਮਲ ਨਹੀਂ ਹੋਏ, ਇਹਨਾਂ ਨੇ ਨਾਲ ਲੱਗਦਾ ਅਸਤੀਫਾ ਦਿੱਤਾ। ਕਹਿੰਦੇ ਕਿ ਭਾਈ ਹੁਣ ਮੇਰਾ MLA-ship ਕਰਨਾ ਠੀਕ ਨਹੀਂ, ਵਾਜਬ ਨਹੀਂ ਕਿ ਮੈਂ ਭਾਈ ਵਿਧਾਇਕ ਰਹਾਂ, ਇਸ ਕਰਕੇ ਮੈਂ ਅਸਤੀਫਾ ਦਿੰਦਾ ਕਿਉਂਕਿ ਮੈਂ ਪਾਰਟੀ ਛੱਡੀ ਹੈ। ਚਲੋ ਗੱਲ ਨਿਬੜ ਗਈ, ਲੋਕ ਸਭਾ ਦੀਆਂ ਚੋਣਾਂ ਆ ਗਈਆਂ, ਡਟ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਲਈ ਪ੍ਰਚਾਰ ਕੀਤਾ, ਅਤੇ ਜਦੋਂ ਡਟ ਕੇ ਪ੍ਰਚਾਰ ਕੀਤਾ ਅਤੇ ਅਜੇ ਵੋਟਾਂ ਪਈਆਂ ਨੂੰ 24 ਘੰਟੇ ਵੀ ਨਹੀਂ ਸੀ ਹੋਏ ਕਿ ਸ਼ੀਤਲ ਅੰਗਰਾਲ ਸਾਹਿਬ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਇੱਕ ਚਿੱਠੀ ਲਿਖਦੇ ਆ, ਕਹਿੰਦੇ ਜੀ ਮੈਂ ਅਸਤੀਫਾ ਦਿੱਤਾ ਸੀ ਪਰ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਇੱਕ ਵਿਧਾਇਕ ਦੇ ਤੌਰ 'ਤੇ ਦਿੱਤਾ ਅਸਤੀਫਾ ਵਾਪਸ ਲੈਣਾ, ਰੀਜ਼ਨ ਕਾਰਨ ਦੇਖੋ ਕਿਹੜਾ ਦਿੱਤਾ। ਉਹ ਕਹਿੰਦੇ ਮੈਂ ਸੋਚਿਆ
ਕਿ ਜੇ ਮੈਂ ਅਸਤੀਫਾ ਦਿੰਦਾ ਹੈ, ਜੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਖਾਲੀ ਹੁੰਦੀ ਹੈ ਤਾਂ ਜ਼ਿਮਨੀ ਚੋਣ ਕਰਾਉਣੀ ਪਊਗੀ। ਜੇ ਜ਼ਿਮਨੀ ਚੋਣ ਕਰਾਉਣੀ ਪਊਗੀ ਤਾਂ ਸਰਕਾਰ ਦਾ ਪੈਸਾ ਲੱਗੂਗਾ, ਅਤੇ ਜਿਹੜਾ ਸਰਕਾਰ ਦਾ ਪੈਸਾ ਉਹ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਆਉਂਦਾ ਹੈ। ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਪੰਜਾਬ ਸੂਬੇ ਦੇ ਸਿਰ, ਪੰਜਾਬ ਸੂਬੇ ਦੇ ਲੋਕਾਂ ਦੇ ਸਿਰ ਵਿੱਤੀ ਤੌਰ 'ਤੇ ਬੋਝ ਬਣਾ। ਇਸ ਕਰਕੇ ਮੇਰਾ ਅਸਤੀਫਾ ਪ੍ਰਵਾਨ ਨਾ ਕੀਤਾ ਜਾਵੇ, ਮੈਂ ਆਪਣਾ ਅਸਤੀਫਾ ਵਾਪਸ ਲੈਣਾ ਅਤੇ ਮੈਂ ਬਿਲਕੁਲ ਵੀ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਜ਼ਿਮਨੀ ਚੋਣ ਕਰਾ ਕੇ ਬੋਝ ਨਹੀਂ ਬਣਨਾ ਚਾਹੁੰਦਾ। ਇੰਨੀ ਕੁ ਗੱਲ ਉਹਨਾਂ ਨੇ ਆਖੀ ਹੈ। ਹੁਣ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਸੱਦਿਆ ਸੀ ਅਤੇ ਸੱਦੇ ਜਾਣ ਤੋਂ ਇੱਕ ਦਿਨ ਪਹਿਲਾਂ ਅਸਤੀਫਾ ਉਹਨਾਂ ਨੇ ਵਾਪਸ ਲੈ ਲਿਆ, ਕਿਉਂਕਿ ਸਪੀਕਰ ਸਾਹਿਬ ਨੇ ਪੁੱਛਣਾ ਹੁੰਦਾ ਕਿ ਤੁਹਾਡੇ 'ਤੇ ਕੋਈ ਦਬਾਅ ਤਾਂ ਨਹੀਂ, ਅਸਤੀਫਾ ਤੁਸੀਂ ਲਿਖ ਕੇ ਭੇਜਿਆ, ਹੁਸ਼ੋ ਹਵਾਸ 'ਚ ਲਿਖ ਕੇ ਭੇਜਿਆ। ਪਰ ਅੱਜ ਜਿਹੜਾ ਯੂ ਟਰਨ ਹੁਣ ਸ਼ੀਤਲ ਅੰਗਰਾਲ ਸਾਹਿਬ ਨੇ ਮਾਰਿਆ ਅਤੇ ਕਹਿੰਦੇ ਹੈ ਕਿ ਜਿਹੜੀ ਇੱਕ ਡੀ ਪੀ ਜੀ ਵੀ ਲਾਈ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ, ਜਿਹਦੇ ਵਿੱਚ ਲਿਖਿਆ ਹੁੰਦਾ ਮੋਦੀ ਕਾ ਪਰਿਵਾਰ, ਉਹ ਜਿਹੜੀ ਡੀ ਪੀ ਹੈ ਉਹ ਵੀ ਉਹਨਾਂ ਨੇ ਜਿਹੜੀ ਹੈ ਉਹ ਹੁਣ ਲਾ ਕੇ ਬਦਲ ਦਿੱਤੀ ਹੈ ਜੀ। ਵੇਖੋ ਗੱਲ ਠੀਕ ਹੈ ਬਾਟ ਸਾਹਿਬ ਕਿ ਵੀ ਹੁਣ ਲੋਕ ਹੈਰਾਨ ਨੇ ਇਸ ਗੱਲੋਂ ਕਿ ਵੀ ਯਾਰ ਇਹ ਹੋਇਆ ਕੀ, ਮਤਲਬ ਚੱਕਰ ਚੱਲਿਆ ਕੀ। ਦੇਖੋ ਜਿਹੜੀ ਗੱਲ ਨੂੰ ਆਪਾਂ ਜੇ ਤਾਂ ਜਿੱਦਾਂ ਦੀ ਖਬਰ ਆਈ ਉਸੇ ਨਜ਼ਰੀਏ ਨਾਲ ਦੇਖੀਏ ਤਾਂ ਇਹਦੇ 'ਚ ਲੱਗਦਾ ਕਿ ਸ਼ੀਤਲ ਅੰਗਰਾਲ ਸਾਹਿਬ ਨੇ ਸੱਚੀ ਮੁੱਚੀ ਬਹੁਤ ਫਿਕਰ ਕੀਤਾ ਆਪਣੇ ਹਲਕੇ ਦੇ ਲੋਕਾਂ ਦਾ, ਜਾਂ ਬਹੁਤ ਫਿਕਰ ਕੀਤਾ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿ ਵੀ ਜ਼ਿਮਨੀ ਚੋਣਾਂ ਨਾ ਹੋਣ। ਆਪਾਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆਉਂਦੇ ਵੀ ਜਿੱਦਣ ਪੰਜਾਬ ਦੇ ਵਿੱਚ ਸਿਟਿੰਗ MLA ਸਾਹਿਬ ਜਿਹੜੇ ਭਾਵੇਂ ਰਾਜਕਾਰ ਦੀ ਧਿਰ ਦੇ ਹੋਣ ਅਤੇ ਭਾਵੇਂ ਵਿਰੋਧੀ ਧਿਰਾਂ ਦੇ ਹੋਣ, ਉਹਨਾਂ ਨੂੰ ਜਦੋਂ ਉਮੀਦਵਾਰ ਬਣਾਇਆ ਗਿਆ ਸੀ ਤਾਂ ਆਪਾਂ ਇਹ ਕਿਹਾ ਸੀ ਵੀ ਭਾਈ ਕਿਸੇ ਪਾਸਿਓਂ ਕੋਈ ਬੰਦਾ ਵੀ ਜਿੱਤ ਜੇ, ਭਾਵੇਂ ਰਾਜਕਾਰ ਦੀ ਧਿਰ ਦਾ ਬੰਦਾ MP ਬਣ ਜੇ, ਭਾਵੇਂ ਵਿਰੋਧੀ ਧਿਰਾਂ ਦਾ ਬੰਦਾ MP ਬਣ ਜੇ, ਸੀਟ ਤਾਂ ਖਾਲੀ ਹੋਣੀ ਹੈ ਅਤੇ ਸੀਟ ਜਦੋਂ ਖਾਲੀ ਹੋਈ ਪੰਜਾਬ ਫਿਰ ਤਿਆਰ ਰਹੇ ਜ਼ਿਮਨੀ ਚੋਣਾਂ ਲਈ। ਅਤੇ ਉਹ ਵਾਲੀਆਂ ਜ਼ਿਮਨੀ ਚੋਣਾਂ ਤਾਂ ਹੈਗੀਆਂ ਨੇ, ਉੱਥੇ ਤਾਂ ਹੈ ਨਹੀਂ ਕਿਸੇ ਨੇ ਉਦੋਂ ਸੋਚਿਆ ਵੀ ਲੋਕਾਂ 'ਤੇ ਬੋਝ ਪਊ। ਹੁਣ ਸ਼ੀਤਲ ਅੰਗਰਾਲ ਸਾਹਿਬ ਚਲੋ ਜਿੱਦਾਂ ਉਹਨਾਂ ਨੇ ਕਿਹਾ ਆਪਾਂ ਜੇ ਉੱਦਾਂ ਹੀ ਮੰਨ ਲਈਏ, ਫਿਰ ਤਾਂ ਚਲੋ ਬੜਾ ਚੰਗਾ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਫਿਕਰ ਕੀਤਾ। ਪਰ ਇਹਦੇ ਵਿੱਚ ਜਿਹੜੀ ਇੱਕ ਘੁੰਡੀ ਆ ਉਹ ਇਹ ਹੈ ਵੀ ਉਹਨਾਂ ਨੇ ਪਾਰਟੀ ਬਦਲ ਲਈ, ਕਿਉਂਕਿ ਉਹਨਾਂ ਨੇ ਅਸਤੀਫਾ ਆਪਣੇ MLA ਤੋਂ ਜਿਹੜਾ ਦਿੱਤਾ ਸੀ ਉਹੀ ਵਾਪਸ ਲਿਆ ਨਾ, ਉਹਨਾਂ ਨੇ ਜਿਹੜੀ ਪਾਰਟੀ ਬਦਲ ਲਈ ਸੀ ਉਹਦੇ ਵਿੱਚ, ਹਾਲਾਂਕਿ ਚਲੋ ਠੀਕ ਹੈ DP ਉਹਨਾਂ ਨੇ ਬਦਲ ਦਿੱਤੀ, DP ਤਾਂ ਚਲੋ ਇੱਕ ਸਬੂਤ ਪਰੂਫ ਹੋ ਗਿਆ ਜੀ ਆਹ ਦੇਖੋ ਜੀ ਫਲਾਣੀ DP ਕਿਉਂ ਲਾਈ ਹੈ, ਪਰ ਜਿਹੜੀ ਪਾਰਟੀ ਬਦਲੀ ਗਈ ਸੀਗੀ ਉਹ ਪਾਰਟੀ ਤਾਂ ਅਜੇ ਤੱਕ ਬਦਲੀ ਹੈ। ਹੁਣ ਜਦੋਂ ਬੰਦਾ ਇੱਕ ਸਿਟਿੰਗ MLA ਹੋਵੇ ਉਹ ਸਿਟਿੰਗ MLA ਹੁੰਦਿਆਂ ਪਾਰਟੀ ਨਹੀਂ ਬਦਲ ਸਕਦਾ ਇਹ ਆਪਾਂ ਨੂੰ ਪਤਾ। ਹੁਣ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਤਾਂ ਆਪਾਂ ਜਿਹੜੀ ਆਮ ਆਦਮੀ ਪਾਰਟੀ ਦੀ ਪਿਛਲੀ ਵਾਰਾਂ ਜੋ ਕੁਛ ਘਟਨਾ ਚੱਕਰ ਚੱਲਿਆ ਸੀ ਉਹਦਾ ਜ਼ਿਕਰ ਕਰ ਲੈਂਦੇ ਹਾਂ। 2017 'ਚ ਆਮ ਆਦਮੀ ਪਾਰਟੀ ਦੇ 20 ਦੇ ਕਰੀਬ MLA ਜਿੱਤੇ ਸੀ ਅਤੇ ਉਹਦੇ 'ਚੋਂ ਕਿੰਨੇ ਬੰਦੇ ਜਿਹੜੇ ਸੀ ਉਹ ਬਾਅਦ ਦੇ ਵਿੱਚ ਨਾਰਾਜ਼ ਹੋ ਗਏ, ਪਾਸੇ ਹੋ ਗਏ ਸੀ, ਅਤੇ ਕਿੰਨਿਆਂ ਨੇ ਅਸਤੀਫੇ ਭਾਵੇਂ ਦਿੱਤੇ ਵੀ ਸੀ ਉਹ ਪ੍ਰਵਾਨ ਨਹੀਂ ਸੀ ਹੋਏ, ਉਹ ਅੱਧ ਵਿਚਾਲੇ ਲਟਕਦੇ ਰਹੇ ਸੀ, ਅਖੀਰ ਕਈਆਂ ਥਾਵਾਂ ਦੇ ਉੱਪਰ ਬਾਅਦ ਵਿੱਚ ਐਂਡ 'ਤੇ ਉਹ ਪ੍ਰਵਾਨ ਵੀ ਹੋ ਗਏ ਅਸਤੀਫੇ, ਮਤਲਬ ਕਹਿਣ ਤੋਂ ਇਹ। ਅਤੇ ਆਮ ਆਦਮੀ ਪਾਰਟੀ ਦੀਆਂ ਉਦੋਂ ਦੀਆਂ ਚਿੱਠੀਆਂ ਵੀ ਇਹਨਾਂ ਨੇ ਪਾਰਟੀ ਬਦਲੀ ਹੈ ਜੀ, ਇਹਨਾਂ ਦਾ ਅਸਤੀਫਾ ਤੁਸੀਂ ਪ੍ਰਵਾਨ ਕਰ ਲਓ ਜਾਂ ਇਹਨਾਂ ਨੂੰ ਤੁਸੀਂ ਲਾਂਭੇ ਕਰ ਦਿਓ ਜੀ MLA ਤੋਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਆਮ ਆਦਮੀ ਪਾਰਟੀ, ਇਹ ਤਾਂ ਹੋ ਗਈ ਸਰਕਾਰ ਦੀ ਗੱਲ, ਸਰਕਾਰ ਵੱਲੋਂ ਠੀਕ ਹੈ ਸਪੀਕਰ ਸਾਹਿਬ ਨੂੰ ਕਿਉਂਕਿ ਅਸਤੀਫਾ ਆਇਆ ਸੀ, ਹੁਣ ਅਸਤੀਫਾ ਵਾਪਸ ਹੋ ਗਿਆ, ਹੁਣ ਸਪੀਕਰ ਸਾਹਿਬ ਕਹਿਣਗੇ ਠੀਕ ਹੈ ਜੀ ਇੱਦਾਂ ਹੋ ਗਿਆ। ਹੁਣ ਅਗਲੀ ਚੀਜ਼ ਮੇਰਾ ਖਿਆਲ ਜਿਹੜੀ ਹੋਣੀ ਉਹ ਆਮ ਆਦਮੀ ਪਾਰਟੀ ਦੀ ਤਰਫੋਂ ਸ਼ਿਕਾਇਤ ਵਾਲੀ ਚਿੱਠੀ ਜਾਣੀ ਹੈ, ਜਿਹਦੇ 'ਚ ਉਹਨਾਂ ਨੇ ਕਹਿਣਾ ਵੀ ਆਹ ਬੰਦਾ ਜੀ ਇਸ ਬੰਦੇ ਨੇ ਪਾਰਟੀ ਬਦਲੀ ਸਪੀਕਰ ਸਾਹਿਬ, ਹੁਣ ਤੁਸੀਂ ਇਸ ਨਿਯਮ ਦੇ ਤਹਿਤ ਇਹਦੇ ਖਿਲਾਫ਼ ਕਾਰਵਾਈ ਕਰੋ। ਮੈਨੂੰ ਇਹ ਜਾਪਦਾ ਵੀ ਜਿਹੜੀ ਗੱਲ ਸ਼ੀਤਲ ਅੰਗਰਾਲ ਸਾਹਿਬ ਨੂੰ ਇਹ ਸੀ ਵੀ ਕਿਉਂਕਿ ਹੁਣ ਜਦੋਂ ਨਤੀਜਾ ਆ ਗਿਆ, ਰਿਜ਼ਲਟ ਆ ਗਿਆ ਅਚਾਨਕ ਤੋਂ, ਮੰਨ ਲਓ ਜੇ ਪੰਜਾਬ ਦੇ ਵਿੱਚ 6-7-8 ਦੇ ਕਰੀਬ ਸੀਟਾਂ ਖਾਲੀ ਹੋ ਜਾਂਦੀਆਂ ਸਿਟਿੰਗ MLA ਦੀਆਂ, ਅਤੇ ਉਹਦੇ ਵਿੱਚ ਇਹ ਵੀ ਜਿਹੜੀ ਜ਼ਿਮਨੀ ਚੋਣ ਸੀ ਉਹ ਹੋ ਜਾਣੀ ਹੈ। ਪਰ ਹੁਣ ਕਿਉਂਕਿ ਉਹਨਾਂ ਨੇ ਅਸਤੀਫਾ ਜਿਹੜਾ ਆਪਣਾ ਵਾਪਸ ਲੈ ਲਿਆ, ਜੇ ਰਿਜ਼ਲਟ ਆ ਵੀ ਜਾਂਦਾ ਸੀਟਾਂ ਜਿਹੜੀਆਂ ਖਾਲੀ ਹੋਣਗੀਆਂ ਹੋਈਆਂ ਰਹਿਣ, ਇੱਧਰਲੇ ਪਾਸੇ ਜੇ ਉਹਨਾਂ ਦਾ ਅਸਤੀਫਾ ਉਸੇ ਤਰ੍ਹਾਂ ਵਿੱਚ ਅੜਿਆ ਰਹਿੰਦਾ ਅਤੇ ਸ਼ਾਇਦ ਜ਼ਿਮਨੀ ਚੋਣ ਤਾਂ ਲਟਕ ਜੇ, ਪਰ ਉਹ MLA ਕਿਸ ਪਾਰਟੀ ਵੱਲੋਂ ਹੋਣਗੇ, ਆਮ ਆਦਮੀ ਪਾਰਟੀ ਵੱਲੋਂ ਜਾਂ ਜਿਹੜੀ ਪਾਰਟੀ ਉਹਨਾਂ ਨੇ ਜੁਆਇਨ ਕਰ ਲਈ ਉਹਨੂੰ ਰੀਪ੍ਰਜੈਂਟ ਕਰਨਗੇ, ਇਹ ਰੇਟ ਕਾਹਦੇ 'ਤੇ ਆਉਂਦਾ ਤੁਸੀਂ ਰਹੋ ਨਾ। ਸਿਧਾਂਤ ਤਾਂ ਬੱਟੇ ਖਾਤੇ ਪੈ ਗਏ,
ਜਿਨ੍ਹਾਂ ਨੇ ਅਸਤੀਫਾ ਮਨਜ਼ੂਰ ਕਰਾਉਣਾ ਹੁੰਦਾ ਦੂਜੀ ਵਾਰੀ ਵੀ ਸਪੀਕਰ ਸਾਹਿਬ ਨੂੰ ਲਿਖਦਾ ਸੀ, ਸਪੀਕਰ ਸਾਹਿਬ ਕਿ ਤਿੰਨ ਨੂੰ ਕਾਹਤੋਂ ਸੱਦਿਆ ਮੈਨੂੰ 3 ਜੂਨ ਨੂੰ, ਤੁਸੀਂ ਹੁਣੇ ਹੀ ਸੱਦੋ, ਮੈਂ ਤਾਂ ਠੀਕ ਤਰੀਕੇ ਦੇ ਨਾਲ ਅਸਤੀਫਾ ਦਿੱਤਾ, ਤੁਰੰਤ ਮਨਜ਼ੂਰ ਕਰੋ। ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਵੱਲੋਂ MLA ਨੇ, ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਆ, ਦੂਜੀ ਵਾਰ ਚਿੱਠੀ ਤਾਂ ਕੋਈ ਵੀ ਨਹੀਂ ਲਿਖਦਾ। ਮੈਂ ਹੋਰ ਦੱਸਦੇ ਹਾਂ, ਆਮ ਆਦਮੀ ਪਾਰਟੀ ਦੇ ਫਲੋਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਚੌਧਰੀ ਬਿਕਰਮਜੀਤ ਸਿੰਘ, ਉਹਨਾਂ ਨੇ ਵੀ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਹੀ ਕੰਮ ਕੀਤਾ, ਉਹਨਾਂ ਨੇ ਵੀ ਤਾਂ ਇੱਕ ਖਾਸ ਪਾਰਟੀ ਨੂੰ ਸਪੋਰਟ ਕੀਤੀ ਹੈ, ਉਹ ਵੀ ਤਾਂ ਇੱਥੇ ਹੀ ਨੇ। ਜਾਣੀ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਪਾਰਟੀ ਹੁਣ ਕੀ ਕਰੇਗੀ, ਪਾਰਟੀ ਹੁਣ ਕੀ ਨਹੀਂ ਕਰੇਗੀ, ਸਰਦਾਰ ਸੁਖਪਾਲ ਸਿੰਘ ਖਹਿਰਾ ਐਤਕੀ ਸੰਗਰੂਰ ਤੋਂ ਚੋਣ ਲੜ ਰਹੇ ਨੇ ਕਾਂਗਰਸ ਪਾਰਟੀ ਵੱਲੋਂ। ਪਿਛਲੀ ਵਾਰ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ, ਆਪਣੀ ਪਾਰਟੀ ਬਣਾ ਕੇ ਉਹਨਾਂ ਨੇ ਕਿਸੇ ਹੋਰ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੀ ਸੀ, ਪਰ MLAship ਤਾਂ ਨਹੀਂ ਸੀ ਉਹਨਾਂ ਦੀ ਗਈ। ਸਪੀਕਰ ਸਾਹਿਬ ਫੈਸਲੇ ਲੈਣ 'ਚ ਦੇਰੀ ਕਰਦੇ ਆ, ਜਾਂ ਇਹ ਜਾਣਬੁੱਝ ਕੇ ਕੰਮ ਲਟਕਾ ਦਿੱਤੇ ਜਾਂਦੇ ਆ, ਜਾਂ ਇੱਦਾਂ ਦੀ ਘੁੰਡੀ ਰੱਖ, ਕਿਉਂਕਿ ਉਹ ਸੱਦਦੇ ਹੁੰਦੇ ਸੀ ਅਤੇ ਉਹ ਕਹਿੰਦੇ ਹੁੰਦੇ ਸੀ ਕਿ ਭਾਈ ਥੋੜ੍ਹੀ ਜਿਹੀ ਸਿਹਤ ਢਿੱਲੀ ਆ। ਮੈਂ ਇੱਕ ਹੋਰ ਉਦਾਹਰਨ ਦੇ ਦਿਆਂ, ਮਨਪ੍ਰੀਤ ਸਿੰਘ ਬਾਦਲ ਪੀਪਲਸ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸਨ, 2012 ਦੀ ਵਿਧਾਨ ਸਭਾ ਚੋਣ ਪੀਪਲਸ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਦੇ ਰੂਪ 'ਚ ਲੜੀ ਸੀ ਉਹਨਾਂ ਨੇ, ਅਤੇ 2014 ਦੇ ਵਿੱਚ ਉਹ ਪੀਪਲਸ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸਨ, ਪਰ ਬਠਿੰਡਾ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਉਹਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਲੜੀ ਸੀ। ਇਹ ਆਪਣੇ ਕੋਲ ਇਹ ਤੱਥ ਨੇ, ਦਿੱਲੀ ਦੇ ਵਿੱਚ ਕਿੰਨੇ ਲੀਡਰ ਅਕਾਲੀ ਦਲ ਦੇ ਹੁੰਦੇ ਸੀ, ਪਰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜ ਲੈਂਦੇ ਸੀ। ਮੈਂ ਇਹ ਨਹੀਂ ਕਹਿੰਦਾ ਉਹ ਗਲਤ ਕਰਦੇ ਆ ਜੇ ਠੀਕ ਕਰਦੇ ਆ, ਬਾਕੀ ਸ਼ੀਤਲ ਅੰਗਰਾਲ ਸਾਹਿਬ ਟਾਈਮ ਨਾਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਆਪਾਂ ਕੀ ਕਰਨਾ, 3 ਸਾਲ MLA ਰਹਾਂਗੇ, ਪਰ ਵਾਰ ਵਾਰ ਸਟੈਂਡ ਬਦਲਣ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡਾ ਸਟੈਂਡ ਕਿੰਨਾ ਕੁ ਰਹਿੰਦਾ ਕਿੰਨਾ ਕੁ ਨਹੀਂ ਰਹਿੰਦਾ, ਇਹ ਆਪਣੇ ਆਪ ਦੇ ਵੀ ਵੱਡਾ ਸਵਾਲ ਹੈ। ਇਹ ਬਿਲਕੁਲ ਵੱਡਾ ਸਵਾਲ ਹੈ, ਪਰ ਬਾਕੀ ਨਾਲ ਦੀ ਨਾਲ ਇਹ ਵੀ ਹੈ ਮੈਨੂੰ ਲੱਗਦਾ ਬਾਠ ਸਾਹਿਬ ਕਿ ਵੀ ਉਦੋਂ ਕਿਉਂਕਿ ਸਰਕਾਰ ਹੋਰ ਸੀ, ਸਪੀਕਰ ਸਾਹਿਬ ਦੂਜੀ ਪਾਰਟੀ ਦੇ ਸੀਗੇ, ਜਿਹੜੀ ਧਿਰ ਕਿਉਂਕਿ ਉਦੋਂ ਚਿੱਠੀਆਂ ਲਿਖਦੀ ਸੀ ਉਹ ਵਿਰੋਧੀ ਧਿਰ ਸੀ, ਉਦੋਂ ਵੀ ਕਈ ਤਰ੍ਹਾਂ ਦਾ, ਹਾਲਾਂਕਿ ਆਪਾਂ ਮੰਨਦੇ ਵੀ ਸਪੀਕਰ ਸਾਹਿਬ ਦੀ ਚੇਅਰ ਜਿਹੜੀ ਉਹ ਬਿਲਕੁਲ ਨਿਊਟਰਲ ਹੁੰਦੀ ਹੈ ਜੀ, ਉਹਨਾਂ ਨੇ ਉੱਥੇ ਕਿਸੇ ਪਾਰਟੀ ਦਾ ਕੋਈ ਵੀ ਪੱਖ ਨਹੀਂ ਲੈਣਾ ਹੁੰਦਾ, ਪਰ ਕਿਤੇ ਨਾ ਕਿਤੇ ਰਾਜਨੀਤੀ ਮਾੜਾ ਮੋਟ ਕਿਤੇ ਕੋਈ ਤੋਲਾ ਕੋਈ ਮਾਸਾ ਜਿਹੀ ਅਸਰ ਕਰਦੀ ਹੋਵੇ ਤਾਂ ਫਰਕ ਤਾਂ ਪੈਂਦਾ ਹੀ ਹੈ। ਹੁਣ ਇੱਥੇ ਸੰਧਵਾਂ ਸਾਹਿਬ ਸਪੀਕਰ ਸਾਹਿਬ ਕੀ ਡਿਸੀਜਨ ਲੈਣਗੇ, ਇਹ ਹੁਣ ਮੇਰਾ ਖਿਆਲ ਆ ਵੋਟਾਂ ਦੇ ਰਿਜ਼ਲਟ ਤੋਂ ਬਾਅਦ ਅਗਲੇ 10-15 ਦਿਨਾਂ ਦੇ ਵਿੱਚ ਕਲੀਅਰ ਹੋ ਜਾਣਾ, ਕਿਉਂਕਿ ਜੇ ਆਮ ਆਦਮੀ ਪਾਰਟੀ ਵਾਲਾ ਸਟੈਂਡ ਤਕੜਾ ਲੈ ਲਿਆ ਵੀ ਹਾਂਜੀ ਫਲਾਨਾ ਨਿਯਮ ਆ ਆਉਂਦਾ ਜੀ ਫਲਾਨਾ ਨਿਯਮ ਆ ਆਉਂਦਾ, ਤਾਂ ਹੋ ਸਕਦਾ 1-2 ਚਿੱਠੀਆਂ 'ਚ ਮੌਕਾ ਦੇ ਕੇ ਆਖਣ ਵੀ ਜੇ 19 ਤਰੀਕ ਤੱਕ ਨਾ ਆਏ ਫਿਰ ਅਸੀਂ ਵੱਖੋ ਵੱਖ ਕਰ ਦਿਆਂਗੇ, ਅਤੇ ਜੇ ਮੰਨ ਲਓ ਵੀ ਉਹਨਾਂ ਨੇ ਕੁਛ ਅਲੱਗ ਕਰ ਲਿਆ ਤਾਂ ਫਿਰ ਪਤਾ ਕੋਈ ਨਹੀਂ। ਲਓ ਜੀ ਸੰਧਾਲੀਆ ਸਾਹਿਬ, ਇਹ ਵੀ ਹੁਣ ਚੇਤੇ ਰੱਖਿਆ ਜਾਊਗਾ ਕਿ ਭਾਰਤ ਦੇ ਇੱਕ ਸਿਆਸੀ ਲੀਡਰ, ਇੱਕ ਕੌਮੀ ਪਾਰਟੀ ਦੇ ਪ੍ਰਧਾਨ ਜੇਲ੍ਹ 'ਚ ਸਨ, ਸਜ਼ਾ ਨਹੀਂ ਸੀ ਅਜੇ ਹੋਈ, ਦੋਸ਼ ਅਜੇ ਸਾਬਿਤ ਨਹੀਂ ਸੀ ਹੋਈ, ਅਜੇ ਕੇਸ ਚੱਲਦਾ ਹੈ, ਅਜੇ ਜਾਂਚ ਪੜਤਾਲ ਚੱਲਦੀ ਹੈ, ਅਚਾਨਕ ਚੋਣਾਂ ਹੁੰਦੀਆਂ ਅਤੇ ਉਹ ਅਰਜ਼ੀ ਦਿੰਦੇ ਅਦਾਲਤ ਦੇ ਵਿੱਚ ਜਾ ਕੇ ਕਿ ਭਾਈ ਮੈਂ ਤਾਂ ਚੋਣ ਪ੍ਰਚਾਰ ਕਰਨਾ, ਮੈਨੂੰ ਚੋਣ ਪ੍ਰਚਾਰ ਜਾਂਚ 'ਤੇ ਜਾਣ ਦੇ ਲਈ ਬਾਹਰ ਜਾਣ ਦੇ ਲਈ ਆਗਿਆ ਦਿਓ ਜੇਲ੍ਹੋਂ ਜਾਣ ਦੀ। ਕਿਸੇ ਨੂੰ ਵੀ ਆਸ ਨਹੀਂ ਸੀ ਕਿ ਭਾਈ ਇਸ ਤਰੀਕੇ ਵੀ ਹੋ ਜਾਂਦਾ, ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਦਾ ਇਸ ਮੁੱਦੇ ਦੇ ਉੱਤੇ ਬਹੁਤ ਰੌਲਾ ਪਿਆ ਕਿ ਭਾਈ ਕੀ ਉਹ ਜੇਲ੍ਹ ਦੇ ਅੰਦਰ ਬੈਠ ਕੇ ਸਰਕਾਰ ਚਲਾ ਸਕਦੇ ਆ ਜਾਂ ਨਹੀਂ ਚਲਾ ਸਕਦੇ, ਉਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਮਾਣਯੋਗ ਸੁਪਰੀਮ ਕੋਰਟ ਨੇ ਬੀਤੇ ਕੱਲ੍ਹ ਤੱਕ ਆਗਿਆ ਦਿੱਤੀ ਸੀ ਕਿ ਤੁਸੀਂ ਜਾਓ, ਜੇਲ੍ਹ ਤੋਂ ਬਾਹਰ ਜਾਓ, ਕੇਸ ਨਾਲ ਸੰਬੰਧਿਤ ਗੱਲ ਕੋਈ ਨਹੀਂ ਕਰਨੀ, ਜਾਂਚ ਪੜਤਾਲ ਗਵਾਹ ਸਬੂਤ ਪ੍ਰਭਾਵਿਤ ਹੋਣ ਇੱਦਾਂ ਦੀ ਕਾਰਵਾਈ ਕੋਈ ਨਹੀਂ ਕਰਨੀ, ਤੁਸੀਂ ਸਿਰਫ ਪ੍ਰਚਾਰ ਕਰਨ ਜਾ ਰਹੇ ਹੋ ਤਾਂ ਪ੍ਰਚਾਰ ਕਰਕੇ ਵਾਪਸ ਆ ਜਾਓ। ਅਰਵਿੰਦ ਕੇਜਰੀਵਾਲ ਹੋਰਾਂ ਨੇ ਪ੍ਰਚਾਰ ਕੀਤਾ, ਦਿੱਲੀ 'ਚ ਕੀਤਾ, ਮਹਾਰਾਸ਼ਟਰ ਗਏ, ਯੂਪੀ 'ਚ ਗਏ, ਹਰਿਆਣੇ 'ਚ ਗਏ, ਇੱਧਰ ਪੰਜਾਬ 'ਚ ਤਾਂ ਬਹੁਤ ਆਏ, ਅਤੇ ਜਿੱਦਾਂ ਹੀ ਫਿਰ 2 ਜੂਨ ਹੋਈ ਉਹਨਾਂ ਨੇ ਜਾਣਾ ਸੀ ਤਿਹਾੜ ਜੇਲ੍ਹ, ਉਹਦੇ ਤੋਂ ਪਹਿਲਾਂ ਇੱਕ ਅਰਜ਼ੀ ਵੀ ਲਾਈ ਉਹਨਾਂ ਨੇ ਅਦਾਲਤ ਦੇ ਵਿੱਚ ਕਿ ਸਿਹਤ ਥੋੜ੍ਹੀ ਜਿਹੀ ਢਿੱਲੀ ਹੈ, ਸਿਹਤ ਥੋੜ੍ਹੀ ਜਿਹੀ ਠੀਕ ਨਹੀਂ, ਕੁਝ ਟੈਸਟ ਕਰਾਉਣ ਵਾਲੇ ਆ, ਇਸ ਕਰਕੇ ਜੇ ਤੁਸੀਂ 7 ਦਿਨ ਹੋਰ ਦੇ ਦਿਓ ਤਾਂ ਵਧੀਆ, ਕਿਉਂਕਿ ਉਹਦੇ ਵਿੱਚ ਹੀ ਰਿਜ਼ਲਟ ਆ ਕਿ ਸਰਕਾਰ ਬਣਨ ਦਾ ਤੋਰੀ ਫੁਲਕਾ ਝੱਲਣਾ ਸੀ।
ਪਰ ਉਦੋਂ ਈਡੀ ਵਾਲਿਆਂ ਨੇ ਕਿਹਾ ਜੀ ਦੇਖੋ ਸਿਹਤ ਕਿੰਨੀ ਕੁ ਖਰਾਬ ਹੋਊਗੀ, ਰੈਲੀਆਂ ਤਾਂ ਕਰਦੇ ਆ, ਰੋਡ ਸ਼ੋਅ ਤਾਂ ਕਰਦੇ ਆ, ਸਵੇਰੇ ਸ਼ੁਰੂ ਹੋ ਜਾਂਦੇ ਆ, ਦੇਰ ਸ਼ਾਮ ਤੱਕ ਤਾਂ ਫਿਰ ਕੰਮ ਚੱਲਦਾ। ਇਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਬਿਲਕੁਲ ਵੀ ਇਹ ਸਹੂਲਤ ਨਾ ਦਿਓ, ਜੇਲ੍ਹ ਦੇ ਵਿੱਚੋਂ ਸਾਰੇ ਟੈਸਟ ਹੋ ਜਾਂਦੇ, ਪ੍ਰਬੰਧ ਹੈਗੇ ਆ। ਅਦਾਲਤ ਨੇ ਤਰੀਕ ਪਾ ਦਿੱਤੀ ਅਤੇ ਫਿਰ ਬੀਤੇ ਕੱਲ੍ਹ ਦੁਪਹਿਰ 3 ਵਜੇ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ, ਆਪਣੀ ਪਾਰਟੀ ਦੇ ਸੀਨੀਅਰ ਲੀਡਰਾਂ ਸਮੇਤ ਉਹ ਵੱਖ ਵੱਖ ਥਾਵਾਂ 'ਤੇ ਗਏ ਅਤੇ ਉਹਦੇ ਤੋਂ ਬਾਅਦ ਪਾਰਟੀ ਦੇ ਦਫ਼ਤਰ ਗਏ ਅਤੇ ਉੱਥੇ ਜਾ ਕੇ ਆਪਣੇ ਵਰਕਰਾਂ ਨੂੰ ਕਿਹਾ ਕਿ ਮੈਂ ਚੱਲਿਆ ਜੇਲ੍ਹ 'ਚ, ਮੇਰੇ ਨਾਲ ਪਤਾ ਨਹੀਂ ਕੀ ਹੋਣਾ, ਤੁਸੀਂ ਪਾਰਟੀ ਚੰਗੇ ਤਰੀਕੇ ਸਾਂਭਿਓ, ਤੁਸੀਂ ਦਿੱਲੀ ਦੇ ਲੋਕਾਂ ਨੂੰ ਦੁੱਖ ਤਕਲੀਫ ਨਾ ਹੋਣ ਦਿਓ, ਬਾਕੀ ਵੇਖਦੇ ਹਾਂ ਜੇਲ੍ਹ 'ਚ ਕੀ ਹੁੰਦਾ। ਅਤੇ ਬਾਅਦ 'ਚ ਜਾ ਕੇ ਉਹਨਾਂ ਤਿਹਾੜ ਜੇਲ੍ਹ 'ਚ ਸਰੈਂਡਰ ਕਰਤਾ। ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਵਿਹਲੇ ਹੋ ਕੇ ਹੁਣ ਤਿਹਾੜ ਜੇਲ੍ਹ 'ਚ ਨੇ। ਉਹਦੇ ਠੀਕ ਹੈ ਗੱਲ, ਇਹ ਉਡੀਕ ਕੀਤੀ ਜਾ ਰਹੀ ਸੀ ਵੀ ਸ਼ਾਇਦ ਉਸ ਤੋਂ ਪਹਿਲਾਂ ਕੋ ਹੋਰ ਮਾੜਾ ਮੋਟ ਕੋ ਕਾਨੂੰਨੀ ਦਾਅ ਕੋ ਪੇਚ ਸ਼ਾਇਦ ਉਸ ਸਮੇਂ ਨੂੰ ਵਧਾਉਣ ਦੇ ਲਈ ਖੇਡਿਆ ਜਾਵੇ, ਪਰ ਇਹੋ ਜਿਹਾ ਕੁਛ ਹੋਇਆ ਨਹੀਂ। ਹੁਣ ਮੇਰਾ ਖਿਆਲ ਉਹ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਨੇ ਕਾਫ਼ੀ ਉਹ ਜਿਹੜੀ ਵੀਡੀਓ ਸੀ ਜਿਹਦੇ ਵਿੱਚ ਉਹ ਬੜੇ ਭਾਵੁਕ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਮਿਲਦੇ ਪਏ ਆ, ਮਾਤਾ ਪਿਤਾ ਨੂੰ ਮਿਲਦੇ ਪਏ, ਆਪਣੇ ਬੇਟੀ ਨੂੰ ਮਿਲਦੇ ਆ, ਉਸ ਤੋਂ ਬਾਅਦ ਜਿੱਦਾਂ ਉਹ ਘਰ ਤੋਂ ਲੈ ਕੇ ਅਤੇ ਅੱਗੇ ਤੱਕ ਨਿਕਲਦੇ ਆ, ਮੇਰਾ ਖਿਆਲ ਪੰਜਾਬ ਤੋਂ ਵੀ ਈਵਨ ਮੁੱਖ ਮੰਤਰੀ ਸਾਹਿਬ ਅਤੇ ਹੋਰ ਮੰਤਰੀ ਸਾਹਿਬ ਵੀ ਨਾਲ ਸੀਗੇ, ਬਾਕੀ ਲੀਡਰਸ਼ਿਪ ਵੀ ਉਹਨਾਂ ਦੀ ਦਿੱਲੀ ਵਾਲੀ ਨਾਲ ਸੀ, ਉਹਨਾਂ ਸਾਰਿਆਂ ਨੂੰ ਲੈ ਕੇ ਜਿਵੇਂ ਉਹ ਗਏ। ਐਂਡ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਜਿਹਦੇ 'ਚ ਉਹਨਾਂ ਨੇ ਪ੍ਰੋਪਰ ਜ਼ਿਕਰ ਕੀਤਾ ਜੀ ਵੀ ਆਹ ਸਾਰਾ ਕੁਛ ਜਿਹੜਾ ਬਣਾਇਆ ਗਿਆ ਉਹ ਰੋਕਣ ਦਾ ਰਾਹ ਸੀਗਾ, ਫਿਰ ਕਿਤੇ ਨਾ ਕਿਤੇ ਉਹਨਾਂ ਨੇ ਪਹਿਲਾਂ ਦੇਸ਼ ਭਗਤਾਂ ਦੀ ਗੱਲ ਕੀਤੀ ਕਿ ਉਹਨਾਂ ਨੇ ਤਾਂ ਫਾਂਸੀ ਦੇ ਰੱਸੇ ਚੁੰਮ ਲਏ ਸੀ ਦੇਸ਼ ਦੀ ਖਾਤਰ, ਅਤੇ ਮੈਂ ਤਾਂ ਫਿਰ ਵੀ ਚਲੋ ਇੱਕ ਜੇਲ੍ਹ ਹੀ ਚੱਲਿਆ ਹੈ ਨਾ। ਫਿਰ ਉਹ ਆਪਣੀ ਬਿਮਾਰੀ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ, ਫਿਰ ਇਹ ਵੀ ਕਿਹਾ ਵੀ ਪਹਿਲਾਂ ਤਾਂ ਚਲੋ ਮੈਂ ਆ ਗਿਆ ਬਾਹਰ, ਹੁਣ ਮੈਨੂੰ ਪਤਾ ਕੋਈ ਨਹੀਂ ਕਦੋਂ ਛੱਡਣ, ਇਹ ਵੀ ਹੋ ਸਕਦਾ ਕਹਿੰਦੇ ਵੀ ਮੈਂ ਆਵਾਂ ਹੀ ਨਾ, ਹੈ ਨਾ, ਉਹ ਇੱਕ ਇਮੋਸ਼ਨਲ ਐਂਗਲ ਵੀ ਸੀਗਾ। ਹੁਣ ਜਿਸ ਤਰ੍ਹਾਂ ਮੇਰਾ ਖਿਆਲ ਉਹ ਕਹਿ ਕੇ ਗਏ, ਉਹਦੇ ਤੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੱਗਦਾ ਹੋਊਗਾ ਵੀ ਠੀਕ ਹੈ ਇੱਕ ਲੜਾਈ ਆ, ਕਿਉਂਕਿ ਇੱਕ ਗੱਲ ਤਾਂ ਪੱਕੀ ਆ ਵੀ ਜਿਸ ਤਰ੍ਹਾਂ ਦਾ ਉਹ ਕੇਸ ਆ ਉਹਦੇ ਵਿੱਚ ਜ਼ਮਾਨਤ ਮਿਲਣ ਵਾਲਾ ਰਾਹ ਜਿਹੜਾ ਉਹ ਉਹਦੇ 'ਤੇ ਸ਼ਾਇਦ ਅਜੇ ਟਾਈਮ ਲੱਗਦਾ, ਉਹ ਕਿੰਨਾ ਲੱਗਦਾ ਕਿੰਨਾ ਨਹੀਂ ਲੱਗਦਾ ਇਹ ਤਾਂ ਅਦਾਲਤੀ ਕਾਰਵਾਈ 'ਤੇ ਆ। ਹੁਣ ਅਦਾਲਤੀ ਕਾਰਵਾਈ ਦੇ ਚੱਲਦਿਆਂ ਚੱਲਦਿਆਂ ਆਮ ਆਦਮੀ ਪਾਰਟੀ ਨੇ ਜਿਹੜੇ ਹੁਣ ਅਗਲੇ ਕੋਈ 6-7 ਮਹੀਨੇ ਨੇ ਉਹਦੇ 'ਚ ਦਿੱਲੀ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵੀ ਕਰਨੀ, ਕਿਉਂਕਿ ਠੀਕ ਹੈ 2024 ਦਾ ਕੀ ਨਤੀਜਾ ਆਉਂਦਾ ਕੀ ਨਹੀਂ ਆਉਂਦਾ ਇਹ ਤਾਂ ਬਾਅਦ ਦੀ ਗੱਲ, ਹਾਲਾਂਕਿ ਨਤੀਜਿਆਂ 'ਤੇ ਵੀ ਉਹ ਬੋਲੇ ਸੀਗੇ, ਆਪਾਂ ਉਹਦੀ ਗੱਲ ਵੀ ਕਰਦੇ ਹਾਂ। ਪਰ ਮੈਂ ਇੱਥੇ ਥੋੜ੍ਹੀ ਜਿਹੀ ਇਹ ਗੱਲ ਕਰਨੀ ਚਾਹੁੰਦਾ ਵੀ ਇਹ ਸਾਰਾ ਕੁਛ ਉਦੋਂ ਚੱਲ ਰਿਹਾ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਦੇ ਕਹਿ ਲਓ ਕਿ ਵੀ ਸਿਰ 'ਤੇ ਗਾਂ ਅਗਲੀਆਂ ਦਿੱਲੀ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਲਵਾਰ ਵੀ ਲਟਕ ਰਹੀ। ਹੁਣ ਜੇ ਆਪਾਂ ਗੱਲ ਕਰੀਏ ਜੂਨ 'ਤੇ ਆ ਗਿਆ ਅਤੇ ਮਹੀਨੇ ਰਹਿ ਗਏ ਗਾਂ 6 ਇਸ ਸਾਲ ਦੇ, ਜੇ ਆਪਾਂ ਗੱਲ ਕਰੀਏ ਅਤੇ ਅਗਲਾ ਸਾਲ ਚੜ੍ਹਦਿਆਂ ਸਾਰ ਹੀ ਤੁਸੀਂ ਆਪ ਅੰਦਾਜ਼ਾ ਲਾ ਲਿਓ ਕਿ ਕਿਤੇ ਨਾ ਕਿਤੇ ਜਦੋਂ ਉਹ ਤਿਆਰੀਆਂ ਹੋ ਗਈਆਂ ਜਾਂ ਜਿਹੜਾ ਚੋਣ ਜ਼ਾਬਤਾ ਜਾਂ ਕੰਮ ਲੱਗ ਗਿਆ ਉਦੋਂ ਇੱਕ ਤਰ੍ਹਾਂ ਨਾਲ ਬਿਗਲ ਵੱਜ ਜਾਣਾ। ਹੁਣ ਜੇ ਇਹਨਾਂ 6 ਮਹੀਨਿਆਂ ਦੇ ਵਿੱਚ ਕੇਜਰੀਵਾਲ ਹੋਰੀ ਅੰਦਰ ਰਹਿੰਦੇ ਨੇ, ਜ਼ਮਾਨਤ ਛੇਤੀ ਮਿਲਦੀ ਨਹੀਂ ਜਾਂ ਕਾਰਵਾਈ ਇਸੇ ਤਰ੍ਹਾਂ ਚੱਲਦੀ ਰਹਿੰਦੀ ਆ, ਉਹਨਾਂ ਦੀ ਚਾਰਾਜੋਈ ਆਪਣੇ ਆਪ ਨੂੰ ਇਮਾਨਦਾਰ ਸ਼ੋਅ ਕਰਨ 'ਤੇ ਜਾਂ ਬੇਕਸੂਰ ਸ਼ੋਅ ਕਰਨ 'ਤੇ ਚੱਲਦੀ ਰਹਿੰਦੀ ਆ, ਅਤੇ ਫਿਰ ਪ੍ਰਚਾਰ ਕਿਹੜੇ ਵੇਲੇ ਦਿੱਲੀ ਦੇ ਵਿੱਚ ਹੋ ਸਕੂਗਾ, ਅਤੇ ਜਾਂ ਫਿਰ ਜਿਹੜਾ ਉਹ ਕਹਿੰਦੇ ਵੀ ਅਸੀਂ ਦੁਬਾਰਾ ਇੱਕ ਵਾਰ ਫਿਰ ਤੋਂ ਜਿੱਤਣੀ ਹੈ ਦਿੱਲੀ, ਉਹ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਜਿਹੜਾ ਅਕਵਾਮ ਕਹਾਵਤ ਨੇ ਵੀ ਦਿੱਲੀ ਦੂਰ ਆ, ਉਹ ਦਿੱਲੀ ਦੂਰ ਨਾ ਹੋ ਜਾਏ ਕਿਤੇ ਆਮ ਆਦਮੀ ਪਾਰਟੀ ਵਾਲੇ ਤਾਂ ਮੈਨੂੰ ਲੱਗਦਾ ਇਸ ਕੰਮ ਦਾ ਕਰਕੇ। ਦੇਖੋ ਗੱਲ ਇਹ ਆ ਸੰਧਾੜੀਆ ਸਾਹਿਬ ਕਿ 4 ਫੈਕਟਰ ਨੇ, ਮੈਂ ਸਾਫ ਕਰ ਦਿੰਦਾ। ਅਰਵਿੰਦ ਕੇਜਰੀਵਾਲ ਹਾਜ਼ਰ ਰਹਿੰਦੇ ਆ ਜਾਂ ਗੈਰ ਹਾਜ਼ਰ ਰਹਿੰਦੇ ਆ ਉਹ ਇੱਕ ਵੱਖਰੀ ਗੱਲ ਹੈ, ਪਰ 4 ਨੁਕਤੇ ਨੇ ਜਿਨ੍ਹਾਂ ਦੇ ਉੱਤੇ ਦਿੱਲੀ ਦੀ ਸਿਆਸਤ ਨੇ ਆਉਣ ਵਾਲੇ 8 ਮਹੀਨੇ ਨੱਚਣਾ, ਗਿਰਦਾ ਪੈਣਾ ਉਹਨਾਂ 8 ਮਹੀਨਿਆਂ ਦੇ ਵਿੱਚ। 6 ਮਹੀਨੇ ਤਾਂ ਇਸ ਸਾਲ ਦੇ ਆ ਅਤੇ 2 ਤੋਂ ਲੈ ਕੇ 3 ਮਹੀਨੇ ਅਗਲੇ ਸਾਲ ਦੇ, ਕਿਉਂਕਿ ਅਗਲੇ ਸਾਲ ਦੇ ਸ਼ੁਰੂ 'ਚ ਵੋਟਾਂ ਪੈਣੀਆਂ, ਕੋਡ ਆਫ ਕੰਡਕਟ ਹੋ ਸਕਦਾ ਕਿ ਦਸੰਬਰ ਜਾਂ ਜਨਵਰੀ 'ਚ ਲੱਗ ਜਾਏ। ਨੰਬਰ 1, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਪਸ਼ਟ ਰੂਪ 'ਚ ਜਨਤਕ ਤੌਰ 'ਤੇ ਇਕੱਠਿਆਂ ਹੋ ਕੇ ਪਹਿਲੀ ਵਾਰ ਦਿੱਲੀ ਦੀ ਕੋਈ ਚੋਣ ਲੜੀ ਹੈ।
ਕੋਈ ਮਤ ਸੋਚੇ ਕਿ ਅਰਵਿੰਦ ਕੇਜਰੀਵਾਲ ਤਾਂ ਪਹਿਲਾਂ ਮੁੱਖ ਮੰਤਰੀ ਵੀ ਕਾਂਗਰਸ ਦੇ ਸਹਿਯੋਗ ਨਾਲ ਬਣੇ ਸੀ, ਉਹ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਾ ਗੱਠਜੋੜ ਸੀ, ਐਤਕੀ ਦਾ ਗੱਠਜੋੜ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦਾ। ਦਿੱਲੀ ਦੇ ਲੋਕ, ਦਿੱਲੀ ਦੇ ਵੋਟਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਆ, ਇਹ ਬਹੁਤ ਮਹੱਤਵਪੂਰਨ ਹੈ। ਕਿਉਂਕਿ ਜੇ ਤਾਂ ਪਿਛਲੀਆਂ ਦੋ ਲੋਕ ਸਭਾ ਚੋਣਾਂ ਦੀ ਕਾਰਗੁਜ਼ਾਰੀ 'ਤੇ ਨਜ਼ਰ ਮਾਰੀਏ ਤਾਂ ਦਿੱਲੀ ਦੀਆਂ 7 ਸੀਟਾਂ ਕਾਂਗਰਸ ਵੀ ਹਾਰੀ ਅਤੇ ਆਪ ਵੀ ਹਾਰੀ, ਖਾਤਾ ਨਹੀਂ ਖੁੱਲ੍ਹਾ ਅੱਜ ਤੱਕ। ਸਾਰੀਆਂ ਸੀਟਾਂ ਬੀਜੇਪੀ ਜਿੱਤੀ। ਪਹਿਲੀ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਕੀਤਾ ਅਤੇ ਇਸ ਕਰਕੇ ਨਹੀਂ ਕਿ ਸਿਧਾਂਤ ਮਿਲਦੇ ਆ, ਇਸ ਕਰਕੇ ਨਹੀਂ ਕਿ ਵਰਕਰ ਚਾਹੁੰਦੇ ਆ, ਇਸ ਕਰਕੇ ਨਹੀਂ ਕਿ ਦੋਨਾਂ ਦੇ ਲੀਡਰਾਂ ਦੀ ਆਪਸ ਵਿੱਚ ਬਣਤੀ ਬਹੁਤ ਹੈ। ਨਹੀਂ, ਸਿਰਫ ਇਸ ਕਰਕੇ ਕਿ ਕਿਸੇ ਨਾ ਕਿਸੇ ਤਰੀਕੇ ਬੀਜੇਪੀ ਨੂੰ ਰੋਕ ਲਈਏ। ਯਾਰ, ਜੇ ਬੀਜੇਪੀ ਨੇ ਰੁਕੀ ਤਾਂ ਹੋਊਗਾ ਕੀ? ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਇਕੱਲੀ ਨੇ ਬੀਜੇਪੀ ਰੋਕਤੀ ਸੀ, ਪਰ ਲੋਕ ਸਭਾ ਚੋਣਾਂ 'ਚ ਉਹਨਾਂ ਨੂੰ ਔਖਾ ਲੱਗਦਾ ਸੀ। ਜੇ ਤਾਂ ਸੰਧਾਲੀਆ ਸਾਹਿਬ ਇੱਕ ਲੋਕ ਸਭਾ ਦੀ ਸੀਟ ਵੀ, ਮੈਂ ਇੱਕ ਕਹਿੰਦਾ, ਉੱਪਰਲੇ ਪਾਸੇ ਨੂੰ ਭਾਵੇਂ 7 'ਤੇ ਚਲੇ ਜਾਓ, ਜੇ ਇੱਕ ਲੋਕ ਸਭਾ ਸੀਟ ਵੀ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਖੋਣ 'ਚ ਕਾਮਯਾਬ ਰਹਿੰਦਾ, ਤਾਂ ਇਹ ਗੱਠਜੋੜ 7-8 ਮਹੀਨੇ ਬਾਅਦ ਵਿੱਚ ਹੋਣ ਵਾਲੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੱਕ ਵੀ ਚੱਲ ਸਕਦਾ ਹੈ। ਹਾਲਾਂਕਿ ਕਾਂਗਰਸ ਲਈ ਸੌਖਾ ਹੈ, ਆਮ ਆਦਮੀ ਪਾਰਟੀ ਲਈ ਔਖਾ। ਉਹਨਾਂ ਦੇ ਕੋਲ 62 MLA ਨੇ 17 ਦੇ ਵਿੱਚੋਂ, ਤਾਂ ਜੇ ਉਹ 25-30 ਸੀਟਾਂ ਵੀ ਕਾਂਗਰਸ ਦੇ ਲਈ ਛੱਡਦੇ ਆ, 4-3 ਦੀ ਰੇਸ਼ੋ ਅਨੁਪਾਤ ਦੇ ਹਿਸਾਬ ਦੇ ਨਾਲ ਦੇਖ ਲਈਏ, ਤਾਂ ਇਹਦਾ ਮਤਲਬ ਹੈ ਕਿ ਆਪਣੇ 17-18-19 MLAs ਦੀਆਂ ਟਿਕਟਾਂ ਆਮ ਆਦਮੀ ਪਾਰਟੀ ਕੱਟੂ। ਇਹ ਬਹੁਤ ਵੱਡਾ ਫੈਕਟਰ ਹੈ ਕਿ ਇਸ ਲੋਕ ਸਭਾ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਕਾਰਗੁਜ਼ਾਰੀ ਕੀ ਰਹਿੰਦੀ ਹੈ। ਨੰਬਰ 2, ਇਹਦੇ ਤੋਂ ਬਿਨਾਂ ਕੀ ਅਰਵਿੰਦ ਕੇਜਰੀਵਾਲ ਆਹ ਜਿਹੜੇ ਹਫ਼ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਰਹਿਣ ਦਾ ਮੌਕਾ ਮਿਲਿਆ, ਕੀ ਸੌਰਵ ਭਾਰਦਵਾਜ, ਬੀਬੀ ਆਤਸ਼ੀ ਜਾਂ ਬੀਬੀ ਸੁਨੀਤਾ ਕੇਜਰੀਵਾਲ ਜਾਂ ਭਗਵੰਤ ਸਿੰਘ ਮਾਨ ਜਾਂ ਸੰਜੇ ਸਿੰਘ ਜਾਂ ਸੰਦੀਪ ਪਾਠਕ ਡਾਕਟਰ, ਉਹਨਾਂ ਦੇ ਵਿੱਚੋਂ ਕਿਸੇ ਨੂੰ ਥਾਪੜਾ ਦੇ ਕੇ ਗਏ ਆ, ਕਿਸੇ ਨੂੰ ਅਧਿਕਾਰ ਦੇ ਕੇ ਗਏ ਆ ਕਿ ਭਾਈ ਜੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੁੰਦੀਆਂ ਤਾਂ ਫਿਰ ਭਾਈ ਟਿਕਟਾਂ ਦੀ ਵੰਡ, ਸੀਟਾਂ ਦੀ ਵੰਡ, ਗੱਠਜੋੜ ਕਰਨਾ ਕਿ ਨਹੀਂ ਕਰਨਾ, ਉਹਦੇ ਬਾਬਤ ਜੇ ਕਿਤੇ ਕੋਈ ਪੰਗਾ ਪੈਂਦਾ ਤਾਂ ਆਖਰੀ ਫੈਸਲਾ ਇਸ ਬੰਦੇ ਦਾ ਮੰਨਿਆ ਜਾਊਗਾ। ਜਾਂ ਬਾਕੀ ਬੰਦੇ ਜਿਹੜੇ ਨੇ ਉਹ ਜੇ ਕਿਤੇ ਦੁਚਿੱਤੀ ਵਾਲੀ ਸਥਿਤੀ ਪੈਦਾ ਹੁੰਦੀ ਹੈ, ਜੇ ਮੇਰੇ ਨਾਲ ਰਾਬਤਾ ਨਹੀਂ ਹੁੰਦਾ, ਕਿਤੇ ਰਾਤ ਬਰਾਤੇ ਕੋਈ ਫੈਸਲਾ ਕਰਨਾ ਪੈ ਜਾਂਦਾ, ਤਾਂ ਇਸ ਬੰਦੇ ਦੀ ਰਾਏ ਆਖਰੀ ਮੰਨੀ ਜਾਵੇ। ਜੇ ਤੋਂ ਇੱਦਾਂ ਕਰਕੇ ਗਏ ਹੈ, ਆਮ ਆਦਮੀ ਪਾਰਟੀ ਨੁਕਸਾਨ 'ਚ ਹੋ ਕੇ ਵੀ ਸ਼ਾਇਦ ਨੁਕਸਾਨ ਦੇ ਵਿੱਚ ਘੱਟ ਹੋਵੇ। ਅਤੇ ਤੀਸਰੀ ਗੱਲ, ਦਿੱਲੀ ਦੇ ਲੋਕ ਇਸ ਕਰਕੇ ਵੋਟਾਂ ਨਹੀਂ ਸੀ ਪਾਉਂਦੇ ਕਿ ਅਰਵਿੰਦ ਕੇਜਰੀਵਾਲ ਜੇਲ੍ਹੋਂ ਬਾਹਰ ਸੀ, ਤੀਸਰੀ ਵਾਰ ਮੁੱਖ ਮੰਤਰੀ ਬਣੇ ਆ, ਉਹ ਕੰਮ ਨੂੰ ਵੋਟ ਪਾਉਂਦੇ ਸੀ। ਜੇ ਅਜੇ ਤੱਕ ਵੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਲੋਕਾਂ ਨੂੰ ਮਿੱਠੇ ਲੱਗਦੇ ਆ, ਜਾਂ ਉਹਨਾਂ ਨੇ ਕੁਝ ਹੋਰ ਕੰਮ ਜਿਹੜੇ ਪਿਛਲੀ ਵਾਰ ਸਰਕਾਰ ਬਣਾਉਣ ਵੇਲੇ ਵਾਅਦੇ ਕੀਤੇ ਸੀ ਉਹ ਕਰ ਦਿੱਤੇ ਆ, ਫਿਰ ਲੋਕਾਂ ਨੂੰ ਫਰਕ ਨਹੀਂ ਪੈਂਦਾ ਕਿ ਅਰਵਿੰਦ ਕੇਜਰੀਵਾਲ ਅੰਦਰ ਨੇ ਕਿ ਬਾਹਰ ਨੇ ਫਿਰ ਵੋਟਾਂ ਪਾ ਦੇਣੀਆਂ। ਤਾਂ ਜੇ ਗੱਲੀਬਾਤੀ ਹੋਇਆ, ਜੇ ਅੰਕੜਿਆਂ ਦੇ ਰੂਪ 'ਚ ਹੋਇਆ, ਜੇ ਬੋਰਡਾਂ ਦੇ ਰੂਪ ਦੇ ਵਿੱਚ ਹੀ ਡਿਵੈਲਪਮੈਂਟ ਹੋਈ ਦਿੱਲੀ ਦੀ, ਫਿਰ ਦਿੱਲੀ ਦੇ ਲੋਕ ਫੈਸਲਾ ਕਰਨਾ ਬਹੁਤ ਚੰਗੇ ਤਰੀਕੇ ਜਾਣਦੇ ਆ। ਇਹ ਗੱਲਾਂ ਠੀਕ ਹੈ, ਇਹ ਨੁਕਤੇ ਤੁਹਾਡੇ ਬਿਲਕੁਲ ਠੀਕ ਹੈ ਬਾਠ ਸਾਹਿਬ, ਪਰ ਮੈਨੂੰ ਲੱਗਦਾ ਇਹਦੇ 'ਚ ਇੱਕ ਘੁੰਡੀ ਹੈ, ਅਤੇ ਉਹ ਘੁੰਡੀ ਇਹ ਹੈ ਕਿ ਆਹ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ, ਇਹਦਾ ਲੋਕ ਸਭਾ ਚੋਣਾਂ ਦਾ 4 ਤਰੀਕ ਨੂੰ ਨਤੀਜਾ ਕੀ ਆਉਂਦਾ? ਇੱਕ ਨਤੀਜਾ, ਅਤੇ ਜੇ ਐਗਜ਼ਿਟ ਪੋਲਸ ਦੀ ਮੰਨੀ, ਮੇਰੀ ਬੇਨਤੀ ਸੁਣੋ ਸੰਧਾਲੀਆ ਸਾਹਿਬ ਜੀ ਜੀ ਜੀ, ਆ ਜਦੋਂ ਤੁਸੀਂ 4 ਤਰੀਕ ਕਹਿੰਦੇ, ਮੈਨੂੰ ਲੱਗਦਾ ਅਗਲੇ ਸਾਲ ਯਾਰ ਭਲਕੇ ਕੱਲ ਨੂੰ। ਨਹੀਂ ਨਹੀਂ ਬਾਠ ਸਾਹਿਬ, ਇੱਦਾਂ ਨਹੀਂ, ਇੱਦਾਂ ਨਹੀਂ। ਇੱਕ ਇੱਕ ਘੰਟਾ, ਇੱਕ ਇੱਕ ਮਿੰਟ ਜਿਹੜਾ ਜੀ ਉਹ ਕੀਮਤੀ ਹੈ। ਤੁਸੀਂ ਦੇਖੋ ਵੀ ਐਗਜ਼ਿਟ ਪੋਲ ਦੇ ਨਤੀਜਿਆਂ ਦੇ ਹਿਸਾਬ ਨਾਲ, ਜੇ ਮੰਨ ਲਓ ਵੀ ਇਹੀ ਨਤੀਜਾ ਆ ਗਿਆ, ਇਹ ਵਿਰੋਧੀ ਧਿਰ 'ਚ ਚਲੇ ਗਏ, ਫਿਰ ਤਾਂ ਇਹਨਾਂ ਦੇ ਲਈ ਗਾਂਹ ਅੱਡੋ ਪਾਰਟੀ ਹੋਣਾ ਬੜਾ ਸੌਖਾ, ਕਿਉਂਕਿ ਕਿਹੜਾ ਉੱਥੇ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਇਕੱਠੇ ਰਹਿਣਾ ਜ਼ਰੂਰੀ ਹੈ? ਵਿਰੋਧੀ ਧਿਰ 'ਚ ਭਾਵੇਂ 10-10 ਬੰਦੇ ਅੱਡੋ ਅੱਡ ਰਹੀ ਜਾਣ, ਅਤੇ ਫਿਰ ਉਹ ਦਿੱਲੀ 'ਚ ਹੋ ਸਕਦਾ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਾਲੇ ਵੀ ਅੱਡੋ ਅੱਡ ਹੋ ਜਾਣ ਵੀ ਆਪਾਂ ਠੀਕ ਹੈ, ਵੀ ਉਦੋਂ ਇੱਕ ਗੱਠਜੋੜ ਕੀਤਾ ਸੀ, ਗੱਲ ਨਹੀਂ ਬਣੀ,
ਆਪਾਂ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ, ਅਤੇ ਆਪਾਂ ਹੁਣ ਭਾਈ ਸਾਹਿਬ ਇੱਥੇ ਅੱਡੋ ਅੱਡ ਇਲੈਕਸ਼ਨ ਲੜਨੀ। ਅਤੇ ਜੇ ਮੰਨ ਲਓ ਐਗਜ਼ਿਟ ਪੋਲਸ 'ਤੇ ਵੀ ਆਪਾਂ ਹੁਣ ਆਉਂਦੇ ਹਾਂ, ਐਗਜ਼ਿਟ ਪੋਲਸ ਦੀ ਗੱਲ ਉਲਟ ਹੋ ਜਾਂਦੀ ਹੈ ਜੇ ਵਾਕਈ ਇੰਡੀਆ ਗੱਠਜੁੜ ਦੀ ਉੱਪਰ ਸਰਕਾਰ ਬਣ ਜਾਂਦੀ ਹੈ, ਅਤੇ ਫਿਰ ਸਰਕਾਰ ਦੇ ਵਿੱਚ ਰਹਿੰਦਿਆਂ ਉੱਪਰ ਇਕੱਠੇ, ਅਤੇ ਬਾਅਦ ਦੇ ਵਿੱਚ ਜਿਹੜੀਆਂ ਕਹਿ ਲਓ ਕਿ ਵੀ ਵਿਧਾਨ ਸਭਾ ਚੋਣਾਂ ਨੇ, ਉਹਦੇ ਵਿੱਚ ਅੱਡੋ ਅੱਡ ਹੋਣਾ ਸ਼ਾਇਦ ਦੋਨਾਂ ਪਾਰਟੀਆਂ ਦੇ ਲਈ ਔਖਾ ਹੋ ਜਾਵੇ। ਕੀ ਕਹਿੰਦੇ? ਨਹੀਂ, ਇਹ ਗੱਲ ਠੀਕ ਹੈ ਤੁਹਾਡੀ, ਔਖਾ ਹੋ ਸਕਦਾ, ਬਾਕੀ ਬਹੁਤ ਕੁਝ ਨਿਰਭਰ ਕਰਦਾ, ਕਈ ਵਾਰੀ ਡਰ ਬਹੁਤ ਕੁਝ ਕਰਾਉਂਦਾ। ਬਾਕੀ ਹਾਂ, ਜੇ ਭਾਰਤੀ ਜਨਤਾ ਪਾਰਟੀ ਦੇ MP ਜਿੱਤਦੇ ਆ ਇੱਕ ਵਾਰ ਫਿਰ ਲਗਾਤਾਰ ਤੀਸਰੀ ਵਾਰ ਦਿੱਲੀ 'ਚੋਂ, ਤਾਂ ਲੋਕਾਂ ਨੇ ਵੋਟਾਂ ਇਸ ਕਰਕੇ ਤਾਂ ਨਹੀਂ ਪਾਉਣੀਆਂ ਕਿ ਭਾਈ ਉਹ ਭਾਜਪਾ ਦੇ ਆ, ਉਹਨਾਂ ਨੂੰ ਵੀ ਉਹਨਾਂ MPs ਦੇ ਜਾਂ ਜਿਹੜੇ ਬੰਦੇ ਖੜੇ ਕੀਤੇ ਆ ਜਾਂ ਉਸ ਪਾਰਟੀ ਦੇ ਜੋ ਉਸ ਪਾਰਟੀ ਦੀ ਕੇਂਦਰ ਸਰਕਾਰ ਦੇ ਕੰਮ ਚੰਗੇ ਲੱਗੇ ਹੋਣਗੇ। ਲੋਕ ਤਾਂ ਵੋਟਾਂ ਤਾਂ ਹੀ ਪਾਉਂਦੇ ਆ, ਲੋਕ ਸਿਰ ਸੁੱਟ ਕੇ ਤਾਂ ਵੋਟਾਂ ਪਾਉਂਦੇ ਨਹੀਂ। ਇਸ ਕਰਕੇ ਦਿੱਲੀ ਦੀ ਸਿਆਸਤ ਆਉਣ ਵਾਲੇ 8 ਮਹੀਨੇ ਪਿਛਲੇ 8 ਮਹੀਨਿਆਂ ਤੋਂ ਵੀ ਜਿਹੜੀ ਜ਼ਬਰਦਸਤ ਹੋਏਗੀ, ਸਾਰਿਆਂ ਦਾ ਧਿਆਨ ਇੱਧਰਲੇ ਪਾਸੇ ਲੱਗਾ ਰਹੇਗਾ। ਬਾਕੀ ਹਾਂ, ਸਵਾਤੀ ਮਾਲੀਵਾਲ ਹੋਣ ਵਾਲਾ ਕੇਸ ਕਿੱਥੇ ਕੱਪੜਦਾ, ਉਦੋਂ ਤੱਕ ਉਹਦੇ ਵੀ ਬਹੁਤ ਸਾਰੇ ਤੱਥ ਜਿਹੜੇ ਉਹ ਸਾਹਮਣੇ ਆ ਜਾਣੇ ਆ। ਐਕਸਾਈਜ਼ ਪਾਲਿਸੀ ਵਾਲੇ ਕੇਸ ਵਿੱਚ ED ਕੀ ਕੁਝ ਲਿਆ ਕੇ ਰੱਖਦੀ ਹੈ ਜਾਂ ਕੀ ਕੁਝ ਨਹੀਂ ਲਿਆ ਕੇ ਰੱਖ ਪਾਉਂਦੀ, ਉਹਨੇ ਵੀ ਬਹੁਤ ਕੁਝ ਜਿਹੜਾ ਉਹ ਕਲੀਅਰ ਕਰਨਾ। ਵੇਖੋ, ਗੱਲ ਇਹ ਆ ਜੀ ਕਿ ਵੀ 1 ਤਰੀਕ ਨੂੰ ਦਿਨੇ ਵੋਟਾਂ ਪੈਂਦੀਆਂ ਅਤੇ ਰਾਤ ਤੱਕ ਐਗਜ਼ਿਟ ਪੋਲ ਆਉਂਦੇ ਆ, ਉਸ ਤੋਂ ਬਾਅਦ ਉਹਦਾ ਅਗਲਾ ਦਿਨ ਪੂਰਾ ਦਿਨ ਇਸੇ ਚੀਜ਼ ਦੇ ਉੱਪਰ ਡਿਸਕਸ਼ਨ ਹੁੰਦੀ ਹੈ ਕਿ ਵੀ ਐਗਜ਼ਿਟ ਪੋਲ ਦੇ ਨਤੀਜੇ ਜੋ ਕਹਿੰਦੇ ਨੇ ਕਿ ਉਹ ਸਹੀ ਨੇ ਕਿ ਗਲਤ ਨੇ। ਪਹਿਲੀ ਗੱਲ ਤਾਂ ਇਹ ਕਿ ਵੀ ਜਿੰਨੀਆਂ ਉਹ ਕੰਪਨੀਆਂ ਨੇ 10-11 ਮੈਨੂੰ 12 ਦੇ ਕਰੀਬ ਜੇ ਆਪਾਂ ਲਾ ਲਈਏ, ਤਾਂ ਉਹਨਾਂ ਸਾਰੀਆਂ ਦੀ ਇੱਕ ਤਰਫਾ ਜੀ ਰਾਏ ਬਣਦੀ ਆ। ਆਪਾਂ ਜੇ ਐਵਰੇਜ ਜੀ ਕੱਢਣੀ ਹੋਵੇ ਤਾਂ ਉਹ 350 ਦੇ ਕਰੀਬ ਕਹਿ ਲਓ ਕਿ ਸੀਟਾਂ ਉੱਤੇ ਥੱਲੇ 5-10 ਉਹ NDA ਗੱਠਜੁੜ ਯਾਨੀ ਕਿ ਮੋਦੀ ਸਰਕਾਰ ਨੂੰ ਦਿੰਦੇ ਆ, 125-150 ਦੇ ਕਰੀਬ ਸੀਟਾਂ ਇੰਡੀਆ ਗੱਠਜੁੜ ਨੂੰ ਦਿੰਦੇ ਨੇ ਜਿਹਦੇ 'ਚ ਰਾਹੁਲ ਗਾਂਧੀ ਹੁਰੀ ਨੇ, ਅਤੇ ਬਾਕੀ ਜਿਹੜੀ ਅਦਰਸ ਨੇ ਜਿਹੜੀਆਂ ਉਹ ਪਾਰਟੀਆਂ ਨੇ ਜਿਹੜੀਆਂ ਨਾ ਇੱਕ ਪਾਸੇ ਇੰਡੀਆ ਗੱਠਜੁੜ 'ਚ ਗਈਆਂ ਨਾ NDA ਗੱਠਜੁੜ 'ਚ ਗਈਆਂ, ਉਹਨਾਂ ਨੂੰ ਵੀ ਕਿਤੇ ਕੋਈ 20 ਦਿੰਦਾ ਕੋਈ 30 ਸੀਟਾਂ ਦਿੰਦਾ, ਬਣਦਾ ਕੀ ਹੈ ਤਾਂ ਚਲੋ ਸਮੇਂ ਨੇ ਦੱਸਣਾ। ਹੁਣ ਇਸ ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਚਰਚਾ 2 ਤਰ੍ਹਾਂ ਦੀ ਚੱਲਣ ਲੱਗ ਪਈ। ਇੱਕ ਚਰਚਾ ਇਹ ਚੱਲੀ ਕਿ ਲਓ ਜੀ ਕਮਾਲ ਹੋ ਗਈ, BJP ਵਾਲੇ ਤਾਂ ਕਹਿੰਦੇ ਸੀ 400 ਸੇ ਪਾਰ, ਇਹਦਾ ਮਤਲਬ 400 ਤੋਂ ਪਾਰ ਨਹੀਂ ਹੋਣਗੇ। ਦੂਸਰੇ ਪਾਸੇ ਜਿਹੜੀਆਂ ਦੂਸਰੀਆਂ ਧਿਰਾਂ ਨੇ ਉਹ ਕਹਿੰਦੇ ਕਮਾਲ ਕਰਦੇ ਹੋ ਤੁਸੀਂ 400 ਪਾਰ, ਇਹ 350 ਵਾਲਾ ਜੋ ਕੁਛ ਵੀ ਐਗਜ਼ਿਟ ਪੋਲਾਂ ਦੇ ਵਿੱਚ ਦਿਖਾਇਆ ਜਾ ਰਿਹਾ ਬਿਲਕੁਲ ਝੂਠ ਹੈ। ਹੁਣ ਆਪਾਂ ਕੇਜਰੀਵਾਲ ਸਾਹਿਬ ਹੋਰਾਂ ਦੀ ਗੱਲ ਤੋਂ ਸ਼ੁਰੂ ਕਰ ਲੈਂਦੇ, ਹੁਣ ਜਾਂਦੇ ਜਾਂਦੇ ਉਹ ਵੀ ਕੇਜਰੀਵਾਲ ਸਾਹਿਬ ਕਹਿ ਕੇ ਗਏ ਜਿਹੜੀਆਂ ਗੱਲਾਂ, ਵਟਸਐਪ ਮੈਨੂੰ ਇਹ ਸੀ, ਮੈਂ ਥੋੜ੍ਹੀ ਗੱਲ ਕਰਦਾ, ਉਸ ਤੋਂ ਬਾਅਦ ਤੁਸੀਂ ਉਹਦੇ 'ਤੇ ਆਪਣੇ ਵਿਚਾਰ ਦਿਓ। ਉਹ ਕਹਿੰਦੇ ਵੀ ਜਿਹੜੇ ਐਗਜ਼ਿਟ ਪੋਲ ਨੇ ਇਹ ਇੱਕ ਤਰ੍ਹਾਂ ਨਾਲ ਫੇਕ ਐਗਜ਼ਿਟ ਪੋਲ ਨੇ, ਇਹ ਦਾਅਵਾ ਅਰਵਿੰਦ ਕੇਜਰੀਵਾਲ ਸਾਹਿਬ ਦਾ। ਕਹਿਣ ਮੁਤਾਬਕ ਉਹਨਾਂ ਦਾ ਇਹ, ਉਹ ਕਹਿੰਦੇ ਵੀ ਕਾਰਨ ਇਹਦੇ ਪਿੱਛੇ ਇਹ ਹੋ ਸਕਦਾ ਕਿ ਵੀ ਉਹਨਾਂ ਨੂੰ ਲੱਗਿਆ ਹੋਵੇ ਕਿ ਵੀ ਜੇ ਆਪਾਂ ਹੁਣ ਐਗਜ਼ਿਟ ਪੋਲ ਦੇ ਵਿੱਚ ਆਹ ਬਹੁਮਤ ਵਿਖਾ ਦਿੰਦੇ ਹਾਂ, ਫੇਕ ਐਗਜ਼ਿਟ ਪੋਲ ਉਹ ਕਹਿੰਦੇ ਵੀ ਵਿਖਾਏ ਗਏ, ਉਸ ਤੋਂ ਬਾਅਦ ਜਿਹੜਾ ਨਤੀਜਾ ਹੈ ਉਹਨੂੰ ਮੈਨੂਪਲੇਟ ਕਰ ਲਿਆ ਜਾਊਗਾ, ਮਸ਼ੀਨਾਂ ਜਿਹੜੀਆਂ ਨੇ ਉਹਨਾਂ ਦਾ ਕੋਈ ਨਾ ਕੋਈ ਵਾਧ ਘਾਟ ਕਰ ਦਿੱਤੀ ਜਾਊਗੀ, ਲੋਕਾਂ ਨੂੰ ਯਕੀਨ ਜਿਹਾ ਹੋ ਜਾਣਾ ਵੀ ਯਾਰ ਐਗਜ਼ਿਟ ਪੋਲ ਵੀ ਕਹਿੰਦੇ ਸੀ ਸਰਕਾਰ ਬਣਨੀ ਅਤੇ ਫਿਰ ਬਣ ਗਈ। ਹਾਲਾਂਕਿ ਇਹਦੇ ਲਈ ਉਹ ਜਿਹੜੀ ਇੱਕ ਮੀਟਿੰਗ ਉਹਨਾਂ ਨੇ 1 ਤਰੀਕ ਨੂੰ ਰਾਤ ਨੂੰ ਸੱਦੀ ਸੀ, ਉਹਦੇ 'ਚ ਉਹ ਕਹਿੰਦੇ ਕਿ ਨੁਕਤਾ ਅਸੀਂ ਉੱਥੇ ਦੱਸ ਕੇ ਆਏ ਜਾਂ ਈਵਨ ਉਹ ਕਹਿ ਕੇ ਆਏ ਨੇ ਵੀ ਉੱਥੇ ਜਿਹੜੇ ਕਾਊਂਟਿੰਗ ਏਜੰਟ ਹੋਣਗੇ ਉੱਥੋਂ ਬਾਹਰ ਨਾ ਆਇਓ, ਐਂਡ ਤੱਕ ਤੁਸੀਂ ਉੱਥੇ ਬੈਠੇ ਰਹਿਣਾ, ਆਖਰੀ ਵੋਟ ਤੱਕ ਗਿਣੀ ਜਾਵੇ, ਅਤੇ ਜਿਹੜੀਆਂ ਉੱਥੇ ਉਹ ਬੈਲਟ ਪੇਪਰ ਦੀਆਂ ਵੋਟਾਂ ਹੁੰਦੀਆਂ ਨੇ ਜਾਂ ਜਿਹੜੀਆਂ ਬਾਅਦ ਦੇ ਵਿੱਚ VVPAT ਮਸ਼ੀਨ ਦੇ ਵਿੱਚੋਂ ਨਿਕਲਦੀਆਂ ਨੇ, ਉਹਨਾਂ ਨੂੰ ਮਿਲਾ ਕੇ ਉੱਥੇ ਆਉਣਾ, ਅਤੇ ਜੇ ਉਹਨਾਂ ਦੇ ਮਿਲਾਉਣ ਦੇ ਵਿੱਚ 1 ਵੀ ਵੋਟ ਅੱਗੇ ਪਿੱਛੇ ਹੁੰਦੀ ਆ, ਅਤੇ ਉੱਥੇ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਅਤੇ ਉਸ ਤੋਂ ਬਾਅਦ ਉਹ ਜਿਹੜੀ ਵੋਟ ਕਹਿ ਲਓ ਕਿ ਵੀ ਉੱਥੋਂ ਵਾਲੀ ਇਲੈਕਸ਼ਨ ਆ ਉਹਨੂੰ ਰੱਦ ਕੀਤਾ ਜਾ ਸਕਦਾ, ਨਿਯਮ ਦੀ ਗੱਲ ਉਹ ਕਰਦੇ ਕਿ ਕਹਿਣ ਤੋਂ ਭਾਵ ਇਹ ਉਹ ਕਹਿੰਦੇ ਵੀ ਜੇ ਅਸੀਂ ਇੱਦਾਂ ਕਰਕੇ ਤਾਂ ਫਿਰ ਜਿਹੜੀਆਂ EVMs ਨੇ ਉਹਦੇ ਵਿੱਚ ਕੱਪੜੇ ਦੀ ਗੱਲ ਤਾਂ ਅਸੀਂ ਰੋਕ ਲਾਂਗੇ। ਦੂਜੀ ਗੱਲ ਉਹ ਕਾਰੋਬਾਰ ਨਾਲ ਜੋੜਦੇ, ਉਹ ਕਹਿੰਦੇ ਵੀ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਬਹੁਤ ਲੱਗਿਆ ਅਤੇ ਸ਼ਾਇਦ ਇਹ ਜਿਹੜੇ ਕਹਿ ਲਓ ਕਿ ਵੀ ਐਗਜ਼ਿਟ ਪੋਲ ਆਏ ਨੇ ਇਹ ਹੁਣ ਜਦੋਂ ਮਾਰਕੀਟ ਖੁੱਲ੍ਹਣੀ ਆ ਉਸ ਤੋਂ ਬਾਅਦ ਉਹਦੇ ਵਿੱਚੋਂ ਕਹਿੰਦੇ ਆਪਣੇ ਦੋਸਤਾਂ ਮਿੱਤਰਾਂ ਦਾ ਪੈਸਾ ਜਾਂ ਦੂਜਾ ਤੇ ਜਾਓ ਕੱਢਿਆ ਜਾਊਗਾ ਤਾਂ ਜੋ 4 ਤੱਕ ਥੋੜ੍ਹਾ ਜਿਹਾ ਪੈਸਾ ਆਪਣਾ ਅੰਦਰ ਕਰ ਲਿਆ ਜਾਵੇ, ਫਿਰ ਜੋ ਮਰਜ਼ੀ ਨਤੀਜਾ ਆ ਜਾਵੇ।
ਹੁਣ ਇਹ ਜਿਸ ਤਰ੍ਹਾਂ ਦਾ ਲੌਜਿਕ ਉਹ ਦੇ ਰਹੇ ਨੇ, ਤੀਸਰਾ ਵੀ ਇੱਕ ਲੌਜਿਕ ਸੀਗਾ, ਉਹ ਕਹਿੰਦੇ ਵੀ ਕਿਉਂਕਿ RSS ਅਤੇ BJP ਜੇ ਮੰਨ ਲਓ ਵੀ ਉਹ ਇਸ ਤਰ੍ਹਾਂ ਦੇ ਕੋਈ ਨਤੀਜੇ ਐਗਜ਼ਿਟ ਪੋਲ ਪਹਿਲਾਂ ਦੇ ਦਿੰਦੇ ਤਾਂ ਸ਼ਾਇਦ ਖਲਾਰਾ ਹੀ ਪੈ ਜਾਂਦਾ, ਉਹ ਖਲਾਰਾ ਰੋਕਣ ਦੇ ਲਈ ਵੀ ਇਹ ਸਾਰਾ ਕੁਝ ਕੀਤਾ ਗਿਆ। ਹੁਣ ਇਹ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਕੇਜਰੀਵਾਲ ਸਾਹਿਬ ਨੇ ਇਹ ਦੋ ਤਿੰਨ ਲੌਜਿਕ ਦੇ ਕੇ ਅਤੇ ਐਗਜ਼ਿਟ ਪੋਲਸ ਨੂੰ ਇੱਕ ਤਰ੍ਹਾਂ ਨਾਲ ਨਕਾਰਿਆ। ਹਾਲਾਂਕਿ ਇੰਡੀਆ ਗੱਠਜੋੜ 'ਚ ਕਾਂਗਰਸ ਵਾਲਿਆਂ ਦੀ ਪ੍ਰੈਸ ਕਾਨਫਰੰਸ ਵੀ ਆਪਾਂ ਉਹਦੇ 'ਤੇ ਵੀ ਜਾਂਦੇ ਹਾਂ, ਪਹਿਲਾਂ ਇਹ ਦੱਸੋ ਵੀ ਇਹ ਕੇਜਰੀਵਾਲ ਸਾਹਿਬ ਦਾ ਦਾਅਵਾ ਕਿੰਨਾ ਕੁ ਸਹੀ ਜਾਪਦਾ ਤਾ। ਦੇਖੋ ਸੰਧਾਲੀਆ ਸਾਹਿਬ, 1996 ਤੋਂ ਲੈ ਕੇ 98 ਤੱਕ ਜਦੋਂ ਸਾਰੀਆਂ ਲੋਕ ਸਭਾ ਮੱਧਵਰਤੀ ਚੋਣਾਂ ਹੁੰਦੀਆਂ ਸੀ ਨਾ, ਵਿੱਚ ਹੀ ਟੁੱਟ ਜਾਂਦਾ ਸੀ ਕੰਮ ਜਦੋਂ ਗੁਜਰਾਲ ਸਾਹਿਬ ਦੇਵਗੌੜਾ ਸਾਹਿਬ ਪ੍ਰਧਾਨ ਮੰਤਰੀ ਬਣੇ। ਮੈਂ ਉਦੋਂ ਤੋਂ ਜਦੋਂ ਵੀ ਲੋਕ ਸਭਾ ਦੀ ਚੋਣ ਹੁੰਦੀ ਹੈ ਜਾਂ ਕਿਸੇ ਸੂਬੇ ਦੀ ਵਿਧਾਨ ਸਭਾ ਚੋਣ ਹੁੰਦੀ ਹੈ, ਮੈਂ ਉਦੋਂ ਤੋਂ ਨਜ਼ਰ ਰੱਖਣੀ ਸ਼ੁਰੂ ਕੀਤੀ ਸੀ, ਸੁਰਤ ਸਾਂਭ ਲਈ ਸੀ ਉਦੋਂ। ਅੱਜ ਤੱਕ ਜਿਹੜੇ ਵੀ ਸਿਆਸੀ ਪਾਰਟੀ ਦੇ ਹੱਕ 'ਚ ਐਗਜ਼ਿਟ ਪੋਲ ਆ ਗਿਆ, ਉਹ ਕੱਛਾਂ ਵਜਾਉਣ ਲੱਗ ਪੈਂਦੇ ਆ, ਉਹ ਕਹਿਣ ਲੱਗ ਪੈਂਦੇ ਆ ਕਿ ਭਾਈ ਆਹ ਦੇਖਿਆ ਸਾਡੇ ਜਿਹੜੇ ਦਾਅਵਿਆਂ ਦੇ ਉੱਤੇ ਮੋਹਰ ਐਗਜ਼ਿਟ ਪੋਲ ਨੇ ਲਾਈ ਹੈ। ਅਤੇ ਜਿਹੜੇ ਵੀ ਸਿਆਸੀ ਪਾਰਟੀ ਨੂੰ ਹਾਰਦੀ ਦਿਖਾਉਂਦੇ ਨੇ ਐਗਜ਼ਿਟ ਪੋਲ, ਉਹ ਕਹਿਣ ਲੱਗ ਪੈਂਦੇ ਕਿ ਗਲਤ ਹੈ। ਮੈਂ ਫਿਰ ਕਹਿੰਦਾ 1996, 1998, ਉਹਦੇ ਤੋਂ ਬਾਅਦ 99, ਉਹਦੇ ਤੋਂ ਬਾਅਦ 2004, ਫਿਰ 9, ਫਿਰ 14, ਫਿਰ 19, ਤੁਸੀਂ ਪਿੱਛੇ ਨੂੰ ਜਾ ਕੇ ਦੇਖ ਲਓ, ਇਤਿਹਾਸ ਹੈ। ਕਦੇ ਇੱਕ ਧਿਰ ਕਹੂਗੀ ਕਿ ਭਾਈ ਇਹ ਗਲਤ ਹੈ, ਕਦੇ ਦੂਸਰੀ ਧਿਰ ਕਹੂਗੀ ਕਿ ਗਲਤ ਹੈ। ਤਾਂ ਬਾਅਦ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਐਗਜ਼ਿਟ ਪੋਲ ਦੇ ਨਤੀਜੇ ਬਹੁਤ ਵਾਰੀ ਗਲਤ ਵੀ ਸਾਬਿਤ ਹੋਏ ਅਤੇ ਬਹੁਤ ਵਾਰੀ ਸਹੀ ਵੀ ਸਾਬਿਤ ਹੋਇਆ। ਇਹ ਨਤੀਜੇ ਥੋੜ੍ਹੀ ਹੈ, ਇਹ ਤਾਂ 16-16 18-18 ਲੱਖ ਵੋਟਰ ਨੇ ਇੱਕ ਇੱਕ ਲੋਕ ਸਭਾ ਹਲਕੇ ਦੇ, ਅਤੇ 100-200 ਵੋਟਰ ਤੋਂ 400 ਵੋਟਰ ਤੋਂ ਮਸਾਂ ਪੁੱਛਿਆ ਜਾਂਦਾ ਹੈ। ਪਰ ਫਿਰ ਵੀ ਮੈਂ ਦੋ ਚੀਜ਼ਾਂ ਕਲੀਅਰ ਕਰਦੇ ਹਾਂ। ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ 303 ਸੀਟਾਂ ਮਿਲੀਆਂ ਸੀ, ਉਹਦੇ ਤੋਂ ਪਹਿਲਾਂ ਮੈਂ ਇਹ ਕਹਿ ਦਿਆਂ, ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਬਾਕੀ ਲੀਡਰਾਂ ਨੇ ਇਹ ਕਿਹਾ ਨਾ ਕਿ ਵਰਕਰ ਨਾ ਆਉਣ, ਕਾਊਂਟਿੰਗ ਏਜੰਟ ਬਾਹਰ ਨਾ ਆਉਣ, ਤੁਸੀਂ ਉਦੋਂ ਤੱਕ ਡਟੇ ਰਹਿਣਾ, ਤੁਸੀਂ ਇਕੱਠੇ ਰਹਿਣਾ, ਠੀਕ ਹੈ। ਜੇ ਆਹੀ ਫਾਰਮੂਲਾ 6 ਮਹੀਨੇ ਪਹਿਲਾਂ ਤੁਸੀਂ ਸਾਰਿਆਂ ਨੇ ਇੰਡੀਆ ਗੱਠਜੋੜ ਦੇ ਵਿੱਚ ਅਪਣਾਇਆ ਹੁੰਦਾ ਲੀਡਰਾਂ ਨੇ, ਮੈਂ ਆਮ ਵਰਕਰ ਦੀ ਗੱਲ ਨਹੀਂ ਕਰਦਾ, ਤਾਂ ਸ਼ਾਇਦ ਐਗਜ਼ਿਟ ਪੋਲ ਦੇ ਨਤੀਜੇ ਵੀ ਇੰਨੇ ਤੁਹਾਡੇ ਖਿਲਾਫ ਨਾ ਹੁੰਦੇ, ਤੁਸੀਂ ਇਕੱਠੇ ਬੈਠੇ। ਆ ਦਿੱਲੀ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਨਾਲ ਜੇ ਗੱਠਜੋੜ ਕਰਨਾ ਸੀ 6 ਮਹੀਨੇ ਪਹਿਲਾਂ ਕਰ ਲੈਂਦੇ, ਪੱਛਮੀ ਬੰਗਾਲ ਦੇ ਵਿੱਚ ਕਾਮਰੇਡਾਂ ਨੂੰ ਅਤੇ ਬੀਬੀ ਮਮਤਾ ਬੈਨਰਜੀ ਨੂੰ ਇੱਕ ਟੇਬਲ 'ਤੇ ਬਿਠਾ ਲੈਂਦੇ। ਵਰਕਰਾਂ ਨੂੰ ਸਬਕ ਦੇਣਾ ਤਾਂ ਬੜਾ ਸੌਖਾ ਹੁੰਦਾ ਕਿ ਤੁਸੀਂ ਅਨੁਸ਼ਾਸਨ 'ਚ ਰਹੋ, ਤੁਸੀਂ ਟਿਕੇ ਰਹੋ। ਤੁਸੀਂ ਕਦੋਂ ਟਿਕਦੇ ਸੀ ਬਾਈ, ਤੁਹਾਡੀਆਂ ਸੀਟਾਂ ਦੀ ਵੰਡ ਕਦੋਂ ਹੋਈ ਮਰਜ਼ੀਆਂ, ਤਰੀਕਾਂ ਤਾਂ ਦੇਖੋ, ਤੁਹਾਨੂੰ 6-7 ਮਹੀਨੇ ਲੱਗ ਗਏ ਸੀ। ਹੁਣ ਤੁਹਾਡੇ ਇੱਕ ਬਿਆਨ ਦੇ ਨਾਲ ਵਰਕਰ ਤੁਹਾਡੀ ਕਿੰਨੀ ਕੁ ਗੱਲ ਮੰਨ ਲੈਣਗੇ, ਚਲੋ ਆਪਾਂ ਉਹਨੂੰ ਵੀ ਛੱਡਿਆ। ਕੁੱਲ ਬਣਾ ਕੇ ਆ ਜਿਹੜਾ 300 ਜਾਂ 350 ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੈ ਜਾਣੀ ਹੈ। ਦੇਖੋ ਉੜੀਸਾ ਅਤੇ ਤੇਲੰਗਾਨਾ, ਜੇ ਆਪਾਂ ਸਾਰੇ ਐਗਜ਼ਿਟ ਪੋਲਸ ਦਾ ਨਿਚੋੜ ਸੰਧਾਲੀਆ ਸਾਹਿਬ ਦੇਖੀਏ ਨਾ, ਉੜੀਸਾ ਅਤੇ ਤੇਲੰਗਾਨਾ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਪਿਛਲੀ ਵਾਰ ਦੇ ਨਾਲੋਂ ਸਭ ਤੋਂ ਵੱਧ ਵਾਧਾ ਦਰਜ ਕਰਦੀ ਨਜ਼ਰ ਆਉਂਦੀ ਹੈ। ਕੀ ਨਵੀਨ ਪਟਨਾਇਕ ਜਿਹੜੇ ਕਿ ਉੜੀਸਾ ਦੇ ਮੁੱਖ ਮੰਤਰੀ ਨੇ, ਉਹਨਾਂ ਦਾ ਜਾਦੂ ਉੜੀਸਾ ਦੇ ਲੋਕਾਂ ਦੇ ਵਿੱਚੋਂ ਖਤਮ ਹੋ ਰਿਹਾ, ਕਿਉਂਕਿ ਉੱਥੇ ਵਿਧਾਨ ਸਭਾ ਅਤੇ ਲੋਕ ਸਭਾ ਦੋਨਾਂ ਦੀ ਵੋਟਿੰਗ ਨਾਲ ਨਾਲ ਹੋਈ ਹੈ। ਤੇਲੰਗਾਨਾ ਦੇ ਵਿੱਚ ਤਾਂ ਜੇ ਥੋੜ੍ਹੇ ਮਹੀਨੇ ਪਹਿਲਾਂ ਕਾਂਗਰਸ ਦੀ ਸਰਕਾਰ ਬਣੀ ਹੈ, ਕਿ ਕਾਂਗਰਸ ਪਾਰਟੀ ਦੀ ਸਰਕਾਰ, ਜਦੋਂ 5 ਸੂਬਿਆਂ ਦੀਆਂ ਚੋਣਾਂ ਹੋਈਆਂ, ਇੱਕੋ ਹੀ ਸੂਬਾ ਸੀ ਜਿਹੜਾ ਕਾਂਗਰਸ ਨੇ ਜਿੱਤਿਆ। ਕੀ ਤੇਲੰਗਾਨਾ ਦੇ ਵਿੱਚ ਇੰਨੇ ਘੱਟ ਮਹੀਨਿਆਂ ਦੇ ਵਿੱਚ ਹੀ ਕਾਂਗਰਸ ਪਾਰਟੀ ਵੋਟਰਾਂ ਦੇ ਵਿੱਚੋਂ ਆਪਣੀ ਪਕੜ ਜਿਹੜੀ ਉਹ ਖਤਮ ਕਰ ਗਈ? ਕਿਉਂਕਿ ਬਾਕੀ ਸੂਬਿਆਂ 'ਚੋਂ ਜੇ ਤੁਸੀਂ ਐਗਜ਼ਿਟ ਪੋਲ ਦੇਖੋ, ਰਾਜਸਥਾਨ ਦੇ ਵਿੱਚੋਂ BJP ਦੀਆਂ 1-2 ਸੀਟਾਂ ਘੱਟ ਰਹੀਆਂ, ਹਰਿਆਣੇ ਦੇ ਵਿੱਚੋਂ BJP ਦੀਆਂ 1-2 ਸੀਟਾਂ ਘੱਟ ਰਹੀਆਂ, ਜੇ ਆਪਾਂ ਬਿਹਾਰ ਦੀ ਗੱਲ ਕਰੀਏ ਤਾਂ ਉੱਥੋਂ ਵੀ NDA ਦੀਆਂ ਕੁਝ ਸੀਟਾਂ ਘੱਟ ਰਹੀਆਂ, ਜੇ ਆਪਾਂ ਥੋੜ੍ਹੀ ਜਿਹੀ ਗੱਲ ਮਹਾਰਾਸ਼ਟਰ ਦੀ ਕਰੀਏ ਤਾਂ ਉੱਥੋਂ ਵੀ 1-2 ਸੀਟ ਘੱਟ ਰਹੀ ਹੈ, ਜੇ ਆਪਾਂ ਗੁਜਰਾਤ ਦੀ ਗੱਲ ਕਰੀਏ ਤਾਂ 26 ਦੀਆਂ 26 ਜਿੱਤੀਆਂ ਸੀ, ਐਤਕੀ ਸ਼ਾਇਦ 25 ਹੋਣ। ਮੈਂ ਨਹੀਂ ਕਹਿੰਦਾ ਐਗਜ਼ਿਟ ਪੋਲ ਕਹਿੰਦੇ ਆ, ਇਹੀ ਹਾਲਾਤ ਮੱਧ ਪ੍ਰਦੇਸ਼ ਦੇ ਨੇ। ਉੱਤਰ ਪੂਰਬ ਦੇ ਵਿੱਚੋਂ ਠੀਕ ਹੈ, ਭਾਰਤੀ ਜਨਤਾ ਪਾਰਟੀ ਵਾਧਾ ਦਰਜ ਕਰ ਰਹੀ ਹੈ, 4 ਸੀਟਾਂ ਦੱਖਣ ਭਾਰਤ ਦੇ ਵਿੱਚੋਂ ਵੱਧ ਰਹੀ ਹੈ। ਪਰ ਮੈਨੂੰ ਐਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜੇ ਸਿਖਰ ਦਾ ਵੀ ਪ੍ਰਦਰਸ਼ਨ ਕਰਦੀ ਹੈ ਤਾਂ ਪਿਛਲੀ ਵਾਰ ਤੋਂ 5-7-8 ਸੀਟਾਂ ਅੱਗੇ ਪਿੱਛੇ ਹੀ ਜਿਹੜਾ ਉਹ ਕੰਮ ਰਹਿਣ ਦੀ ਸੰਭਾਵਨਾ। ਪਰ ਹਾਂ,
ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜੇ ਕਿਸੇ ਨੂੰ EVM ਤੇ ਇਤਰਾਜ਼ ਹੈ, ਜੇ ਕਿਸੇ ਨੂੰ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਦੇ ਉੱਤੇ ਇਤਰਾਜ਼ ਹੈ ਤਾਂ ਇਕੱਲੀ ਪ੍ਰੈਸ ਕਾਨਫਰੰਸ ਨਾ ਕਰਿਓ, ਇਕੱਲਾ ਭਾਸ਼ਣ ਨਾ ਦਿਓ, ਬਾਕਾਇਦਾ ਲਿਖ ਕੇ ਇਕੱਲਾ ਇਕੱਲਾ ਪੁਆਇੰਟ, ਇਕੱਲਾ ਇਕੱਲਾ ਨੁਕਤਾ, ਇਕੱਲਾ ਇਕੱਲਾ ਬਿੰਦੂ, ਇੱਕ ਤਾਂ ਇਲੈਕਸ਼ਨ ਕਮਿਸ਼ਨ ਦੇ ਟੇਬਲ ਦੇ ਉੱਤੇ ਸਭ ਕੁਝ ਚਾਹੀਦਾ ਅਤੇ ਦੂਸਰਾ ਅਦਾਲਤਾਂ ਦਾ ਰਾਹ ਤੁਹਾਡੇ ਲਈ ਖੁੱਲ੍ਹਾ ਹੈ। ਦੇਖੋ ਇਲੈਕਸ਼ਨ ਕਮਿਸ਼ਨ ਦੇ ਕੋਲ ਤਾਂ ਉਹ ਵਫਦ ਇੱਕ ਗਿਆ ਸੀ, ਜਿਹੜੀਆਂ ਕਹਿ ਲਓ ਕਿ ਵਿਰੋਧੀ ਧਿਰਾਂ ਵਾਲੇ ਪਾਸਿਓਂ, ਉਹ ਤਾਂ ਉੱਥੇ ਲਿਖ ਕੇ ਦੇ ਆਏ। ਪਹਿਲਾਂ ਤਾਂ ਉਹਨਾਂ ਧੰਨਵਾਦ ਕੀਤਾ, ਉਹ ਕਹਿੰਦੇ ਵੀ ਸ਼ਾਰਟ ਨੋਟਿਸ 'ਤੇ ਸਾਨੂੰ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਵਕਤ ਦਿੱਤਾ। ਚਲੋ ਇਹਦੇ ਨਾਲ ਇੱਕ ਉਲਾਂਭਾ ਜਿਹੜਾ ਆਮ ਤੌਰ 'ਤੇ ਵਿਰੋਧੀ ਧਿਰਾਂ ਦਿੰਦੀਆਂ ਹੁੰਦੀਆਂ ਵੀ ਸਾਨੂੰ ਇਲੈਕਸ਼ਨ ਕਮਿਸ਼ਨ 'ਤੇ ਵੀ ਯਕੀਨ ਨਹੀਂ, ਇੱਦਾਂ ਉਹਨਾਂ ਕਿਹਾ ਨਹੀਂ, ਉਹ ਕਹਿੰਦੇ ਜੀ ਬਹੁਤ ਵਧੀਆ। ਉੱਥੇ ਜਾ ਕੇ ਉਹ ਆਹ ਗੱਲ ਜਿਹੜਾ ਕਿ ਕਹਿ ਲਓ ਕਿ ਵੀ ਜੋ ਵੀ ਨੁਕਤੇ ਨੇ ਕਾਨੂੰਨ ਦੇ ਮੁਤਾਬਕ ਕਿ ਵੀ ਜਿਹੜੀਆਂ ਬੈਲਟ ਪੇਪਰ ਦੀਆਂ ਹੁੰਦੀਆਂ ਨੇ ਗਿਣਤੀ ਕਰਨੀ ਹੁੰਦੀ, ਉਹ ਆਮ ਤੌਰ 'ਤੇ ਪਹਿਲਾਂ ਕਰਨ ਦੀ ਗੱਲ ਹੁੰਦੀ ਹੈ, ਐਂਡ ਉਹਦੇ ਜਿਹੜੇ ਪਰਸੈਂਟੇਜ ਜਾਂ ਅੰਕੜੇ ਹੁੰਦੇ ਨੇ ਕਈ ਵਾਰਾਂ ਜੋ ਕੁਛ ਮਸ਼ੀਨਾਂ ਦੇ ਵਿੱਚ ਹੁੰਦਾ ਉਹਦੇ ਤੋਂ ਕਈ ਵਾਰਾਂ ਉਹਦਾ ਫਰਕ ਬਹੁਤ ਹੁੰਦਾ। ਅਤੇ ਜੇ ਮੰਨ ਲਓ ਵੀ ਉਹਨਾਂ ਦੀ ਜਿਹੜੀ ਕਾਊਂਟਿੰਗ ਆ ਉਹ ਕਰ ਲਈ ਜਾਂਦੀ ਆ ਅਤੇ ਉਹਦੇ ਨਾਲ ਬਾਅਦ ਦੇ ਵਿੱਚ ਭਾਵੇਂ EVM ਮਸ਼ੀਨਾਂ ਜਿਹੜੀਆਂ ਨੇ ਉਹਨਾਂ ਦੀ ਕਾਊਂਟਿੰਗ ਵੀ ਚੱਲਦੀ ਰਹੇ, ਕੋਈ ਫਰਕ ਨਹੀਂ, ਪਰ ਇੱਦਾਂ ਨਾ ਹੋਵੇ ਵੀ EVM ਮਸ਼ੀਨਾਂ ਦੀ ਕਾਊਂਟਿੰਗ ਕਰਕੇ ਅਤੇ ਆਪਾਂ ਨਾਲੋਂ ਨਾਲ ਹੀ ਨਤੀਜਾ ਕੱਢ ਦਈਏ ਵੀ ਹੁਣ ਤਾਂ ਜੀ ਗੈਪ ਹੀ ਬਹੁਤ ਆ ਗਿਆ ਬੈਲਟ ਪੇਪਰਾਂ 'ਚੋਂ ਕਿਤੇ ਕਿੰਨਾ ਕੁਛ ਨਿਕਲਣਾ, ਇੱਦਾਂ ਨਹੀਂ। ਉਹ ਕਹਿੰਦੇ ਨਿਯਮ ਮੁਤਾਬਕ ਉਸ ਚੀਜ਼ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ, ਬੈਲਟ ਪੇਪਰਾਂ ਦੀ ਗਿਣਤੀ ਕਰਨੀ ਜ਼ਰੂਰੀ। ਹੁਣ ਬੈਲਟ ਪੇਪਰਾਂ ਜਾਂ ਕਹਿ ਲਓ ਕਿ ਵੀ ਉਹ ਜਿਹੜੀ VVPAT ਮਸ਼ੀਨ 'ਚੋਂ ਨਿਕਲੀਆਂ ਪਰਚੀਆਂ ਨੇ, ਜੇ ਤਾਂ ਉਹਨਾਂ ਦੀ ਗਿਣਤੀ ਵਾਲੀ ਗੱਲ ਸ਼ੁਰੂਆਤ ਦੇ ਵਿੱਚ ਜਾਂ ਸਟਾਰਟਿੰਗ ਦੇ ਵਿੱਚ ਹੋਣ ਵਾਲੇ ਪਾਸੇ ਤੁਰ ਪਈ, ਹੋ ਸਕਦਾ ਕਿ ਉਸ ਦਿਨ ਜਿੱਦਣ ਆਪਾਂ ਨਤੀਜਿਆਂ ਦੀ ਗੱਲ ਕਰਨੀ ਆ 4 ਤਰੀਕ ਵਾਲਿਆਂ ਦੀ, ਉਦੋਂ ਉਹ ਥੋੜ੍ਹਾ ਰੁਝਾਨ ਆਉਣ ਦੇ ਵਿੱਚ ਦੇਰੀ ਹੋਵੇ, ਜੇ ਮੰਨ ਲਓ ਵੀ ਇਹਨਾਂ ਦੇ ਨਿਯਮ ਦੇ ਹਿਸਾਬ ਨਾਲ ਇਸ ਤਰ੍ਹਾਂ ਮੰਨ ਲਿਆ ਜਾਂਦਾ। ਪਰ ਜੇ ਉਹ ਚੀਜ਼ ਇਹਨਾਂ ਦੇ ਮੁਤਾਬਕ ਹੋਣ ਦੇ ਬਾਵਜੂਦ ਵੀ, ਜਾਂ ਕਹਿ ਲਓ ਕਿ ਜਿੱਦਾਂ ਹੁਣ ਇੰਡੀਆ ਗਠਜੋੜ ਵਾਲਿਆਂ ਨੇ ਆਖਿਆ ਵੀ ਸਾਡੇ ਜਿਹੜੇ ਕਾਊਂਟਿੰਗ ਏਜੰਟ ਨੇ ਉਹ ਵੀ ਐਂਡ ਤੱਕ ਉੱਥੇ ਬੈਠੇ ਰਹਿਣਗੇ, ਇਕੱਲੀ ਇਕੱਲੀ ਆਖਰੀ ਵੋਟ ਗਣਾ ਕੇ ਆਉਣਗੇ, ਉਹਦੇ ਬਾਵਜੂਦ ਵੀ ਜੋ ਐਗਜ਼ਿਟ ਪੋਲ ਕਹਿੰਦਾ, ਜੇ ਮੰਨ ਲਓ ਨਤੀਜੇ ਉਸੇ ਤਰ੍ਹਾਂ ਦੇ ਆ ਜਾਂਦੇ ਆ ਤਾਂ ਫਿਰ ਮੁੜ ਕੇ ਇਹਨਾਂ ਦੇ ਪੱਲੇ ਕੀ ਰਹਿ ਜੂਗਾ। ਹੁਣ ਇਹਦੇ 'ਚ ਇੱਕ ਘੁੰਡੀ ਮੈਂ ਹੋਰ ਦੱਸਦਾ, ਇੱਕ ਜਿਹੜੀ ਪ੍ਰੈਸ ਕਾਨਫਰੰਸ ਕਾਂਗਰਸ ਪਾਰਟੀ ਵਾਲੇ ਦੇ ਲੀਡਰਾਂ ਨੇ ਕੀਤੀ, ਉਹਨਾਂ ਮੁਤਾਬਕ ਆਪਾਂ ਉਹਦਿਨ ਗੱਲ ਕਰਦੇ ਸੀ ਨਾ ਵੀ 1 ਤਰੀਕ ਰਾਤ ਨੂੰ ਜਿਹੜੀ ਜੋ ਸਰਬ ਪਾਰਟੀ ਮੀਟਿੰਗ ਸੱਦੀ, ਇਕੱਲਾ ਇਕੱਲਾ ਲੀਡਰ ਉੱਥੇ ਗਿਆ, ਉਹ ਕਹਿੰਦੇ ਜੀ ਇਕੱਲਾ ਇਕੱਲਾ ਲੀਡਰ ਵੀ ਗਿਆ, ਅਸੀਂ ਲੰਮੀ ਚੌੜੀ ਗੱਲਬਾਤ ਕੀਤੀ, ਜਿਹੜੇ ਬੰਦੇ ਉੱਥੇ ਆਏ ਉਹ ਨਾਲ ਅੰਕੜੇ ਲੈ ਕੇ ਆਏ ਸੀ, ਅਸੀਂ ਇਹ ਨਹੀਂ ਆਏ ਸੀ ਵੀ ਉੱਥੇ ਬਸ ਚਾਹ ਪੀਣ ਦਾ ਕਰਕੇ ਬੈਠੇ ਸੀ। ਉਹ ਕਹਿੰਦੇ ਅੰਕੜੇ ਸੀ ਉਹਨਾਂ ਦੇ ਕੋਲ ਵੀ ਸੱਚ ਦੱਸੋ, ਬਾਹਰ ਮੀਡੀਆ 'ਚ ਜੋ ਮਰਜ਼ੀ ਆਪਾਂ ਕਹੀ ਜਾਈਏ, ਤੁਹਾਨੂੰ ਕੀ ਜਾਪਦਾ ਵੀ ਕਿੰਨੇ ਕੁ ਪਾਣੀ 'ਚ ਜੇ ਤੁਸੀਂ ਘੱਟੋ ਘੱਟ ਪਾਣੀ ਦੱਸਣਾ, ਵੱਧ ਤੋਂ ਵੱਧ ਨਹੀਂ। ਉਹਨਾਂ ਦੇ ਮੁਤਾਬਕ ਜਿਹੜੇ ਗਏ ਸੀ ਉਹ, ਅਤੇ ਜਿਹੜੇ ਨਹੀਂ ਗਏ ਸੀ ਉਹਨਾਂ ਦੇ ਨਾਲ ਲੰਮੀ ਚੌੜੀ ਟੈਲੀਫੋਨ 'ਤੇ ਵਾਰਤਾ ਤੋਂ ਬਾਅਦ, ਇੰਡੀਆ ਗੱਠਜੋੜ ਵਾਲਿਆਂ ਦਾ ਦਾਅਵਾ ਇਹ ਹੈ ਕਿ 295 ਸੀਟਾਂ ਘੱਟੋ ਘੱਟ ਅਸੀਂ ਜਿੱਤਦੇ ਪਏ ਹਾਂ। ਇਹ ਜੋ ਇਸ ਵਕਤ ਐਗਜ਼ਿਟ ਪੋਲ ਦੇ ਅੰਕੜੇ ਨੇ ਇਹ ਗਲਤ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਉਹ ਇਹ ਕਹਿੰਦੇ ਨੇ ਕਿ ਵੀ ਐਗਜ਼ਿਟ ਪੋਲ ਦੇ ਅੰਕੜੇ ਗਲਤ ਨੇ, 295 ਸੀਟਾਂ ਘੱਟੋ ਘੱਟ ਸਾਡਾ ਇੰਟਰਨਲ ਸਰਵੇ ਜਾਂ ਜਿਹੜੇ ਸਾਡੇ ਵੱਖ ਵੱਖ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੇ ਅੰਕੜੇ ਦੱਸਦੇ ਨੇ, ਅਤੇ ਫਿਰ ਇਹ ਐਗਜ਼ਿਟ ਪੋਲ ਉਹ ਵੀ ਇੱਕ ਨਹੀਂ ਅੱਧਾ ਨਹੀਂ 10 ਦੇ 10 ਜਾਂ 11 ਦੇ 11 ਟੋਟਲੀ ਦੂਸਰੇ ਪਾਸੇ ਕਿਉਂ ਹੋ ਗਏ, ਇਹ ਇੱਕ ਬਹੁਤ ਵੱਡਾ ਸਵਾਲ ਆ। ਹਾਲਾਂਕਿ ਜਦੋਂ ਅੰਕੜੇ ਆਏ ਸੀ ਉਹਦੇ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਕਿ ਕਹਿ ਲਓ ਕਿ ਇੰਡੀਆ ਗੱਠਜੋੜ ਦੇ ਸਪੋਰਟਰ ਹੋਣਗੇ, ਉਹਨਾਂ ਨੂੰ ਲੱਗਦਾ ਹੋਊਗਾ ਵੀ ਯਾਰ ਇੱਦਾਂ ਕਿਉਂ ਹੋ ਗਿਆ। ਦੂਜੇ ਪਾਸੇ ਜਦੋਂ ਹੁਣ ਇੱਕ ਦਿਨ ਲੰਘਿਆ ਅਤੇ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਆਪਣੇ ਤੌਰ 'ਤੇ ਦਾਅਵਾ ਕਰਤਾ, ਜਾਂ ਜਿਹੜੇ ਇੰਡੀਆ ਗੱਠਜੋੜ ਦੇ ਲੀਡਰ ਸੀ ਜਾਂ ਕਾਂਗਰਸ ਪਾਰਟੀ ਦੇ ਲੀਡਰ, ਉਹਨਾਂ ਦੀ ਪ੍ਰੈਸ ਕਾਨਫਰੰਸ ਨੇ ਆਪਣਾ ਦਾਅਵਾ ਕਰਤਾ, ਇਲੈਕਸ਼ਨ ਕਮਿਸ਼ਨ ਕੋਲ ਜਾ ਕੇ ਉਹਨਾਂ ਨੇ ਆਪਣੇ ਤੌਰ 'ਤੇ ਆਪਣੀਆਂ ਚੀਜ਼ਾਂ ਰੱਖਤੀਆਂ। ਉਹਦੇ ਤੋਂ ਬਾਅਦ ਰਿਜ਼ਲਟ ਤਾਂ ਚਲੋ ਭਾਵੇਂ ਆਉਣਾ, ਪਰ ਉਹ ਇੱਕ ਰਾਤ ਦਾ ਸਾਹ ਪ੍ਰਾਣ ਜਿਹਾ ਜਿਹੜਾ ਕਹਿ ਲਓਗੇ ਵੀ ਉਹ ਧਾਰਾ ਲੈ ਲਿਆ, ਇਹ ਜਿਹੜੇ ਉਹਨਾਂ ਦੇ ਵਰਕਰ ਨੇ ਸਪੋਰਟਰ ਨੇ, ਹੁਣ ਦੋਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੰਟਰਸਟ ਜਿਹਾ ਜ਼ਰੂਰ ਬਣਿਆ ਰਹੇਗਾ ਵੀ ਇਲੈਕਸ਼ਨ ਕਮਿਸ਼ਨ ਨੂੰ ਵੀ ਸ਼ਿਕਾਇਤ ਪਹੁੰਚ ਗਈ, ਉਹ ਤੋਂ ਬਾਅਦ ਜਦੋਂ ਨਤੀਜੇ ਗਿਣਨੇ ਆਉਣ ਸ਼ੁਰੂ ਹੋਣਗੇ ਉਹਦੇ ਵਿੱਚ ਰਿਜ਼ਲਟ ਕੀ ਆਉਂਦਾ, ਅਤੇ ਜੇ ਰਿਜ਼ਲਟ ਮੰਨ ਲਓ ਐਗਜ਼ਿਟ ਪੋਲਸ ਦੇ ਹਿਸਾਬ ਨਾਲ ਆ ਗਿਆ ਤਾਂ ਕੀ ਹੋਊਗਾ, ਅਤੇ ਜੇ ਇਹਨਾਂ ਦੀ ਮੰਨੀਏ ਵੀ ਘੱਟੋ ਘੱਟ 295 ਸਾਨੂੰ ਆਉਂਦੀਆਂ ਨੇ ਇਹਨਾਂ ਦੇ ਹਿਸਾਬ ਨਾਲ ਆ ਗਿਆ ਤਾਂ ਫਿਰ ਕੀ ਬਣੂਗਾ।
ਸੰਧਾਲੀਆ ਸਾਹਿਬ, ਆ ਜਿਹੜੀ ਨੈਸ਼ਨਲ ਪੱਧਰ ਦੀ ਗੱਲ ਹੈ, ਦੇਖੋ ਹੁਣ ਤਾਂ 24 ਘੰਟਿਆਂ ਬਾਅਦ ਨਾ ਬੇਰ ਕਿਰਨੇ ਸ਼ੁਰੂ ਹੋ ਜਾਣੇ ਆ ਬੇਰੀਆਂ ਤੋਂ, ਪਤਾ ਲੱਗ ਜੂਗਾ, ਆਪਾਂ ਹੁਣ ਉਦੋਂ ਇਕੱਠੇ ਕਰ ਲਾਂਗੇ। ਦੋਨਾਂ ਧਿਰਾਂ ਦਾ ਦਾਅਵਾ, ਭਾਰਤੀ ਜਨਤਾ ਪਾਰਟੀ ਕਹਿੰਦੀ ਅਸੀਂ ਬੱਲੇ ਬੱਲੇ ਕਰਾ ਦੇਣੀ ਆ, 400 ਤੋਂ ਉੱਪਰ ਚਲੇ ਜਾਣਾ ਗੱਠਜੋੜ ਨੇ। ਇੰਡੀਆ ਗੱਠਜੋੜ ਵਾਲੇ ਕਹਿੰਦੇ ਤੁਸੀਂ ਦੇਖੋ ਤੁਸੀਂ ਸਰਕਾਰ ਸਾਡੇ ਬਣਨੀ, ਅਸੀਂ ਉਡੀਕ ਕਰ ਲੈਂਦੇ ਹਾਂ। ਹੁਣ ਪਰਤਦੇ ਹਾਂ ਪੰਜਾਬ ਵਾਲੇ ਪਾਸੇ। ਪੰਜਾਬ ਦੇ ਵਿੱਚ ਜਿੰਨਾ ਜ਼ੋਰਦਾਰ ਪ੍ਰਚਾਰ ਹੋਇਆ, ਕਿਉਂਕਿ 5-5 ਮੁਕਾਬਲੇ ਹੋਣ ਤਾਂ ਵੋਟਾਂ ਫਿਰ ਵੀ 65% ਤੋਂ ਥੱਲੇ ਰਹਿ ਜਾਣ, ਕੁੱਲ ਪੋਲਿੰਗ ਜਿਹੜੀ ਹੈ ਇਹ ਆਪਣੇ ਆਪ 'ਚ ਸਵਾਲ ਹੈ, ਪਰ ਵੇਰੀਏਸ਼ਨ ਦੇਖੋ ਤੁਸੀਂ, ਉਤਰਾਅ ਚੜਾਅ ਦੇਖੋ। ਇੱਕ ਪਾਸੇ ਬਠਿੰਡਾ ਲੋਕ ਸਭਾ ਹਲਕਾ, ਉੱਥੇ ਵੋਟਾਂ ਜਿਹੜੀਆਂ ਨੇ ਉਹ 59% ਦੇ ਕੋਲ ਜਾ ਕੇ ਪੈ ਜਾਂਦੀਆਂ। ਦੂਸਰੇ ਪਾਸੇ ਅੰਮ੍ਰਿਤਸਰ ਲੋਕ ਸਭਾ ਹਲਕਾ, ਉੱਥੇ ਵੋਟਾਂ ਜਿਹੜੀਆਂ ਨੇ ਉਹ 57% ਦੇ ਨੇੜੇ ਤੇੜੇ ਰਹਿ ਜਾਂਦੀਆਂ। ਜਲੰਧਰ ਦੇ ਵਿੱਚ ਵੀ 60 ਤੋਂ ਥੱਲੇ ਰਹਿ ਜਾਂਦੀਆਂ, ਹੁਸ਼ਿਆਰਪੁਰ ਦੇ ਵਿੱਚ ਵੀ 60 ਤੋਂ ਥੱਲੇ ਰਹਿ ਜਾਂਦੀਆਂ। ਹੁਣ 10% ਦਾ ਮਤਲਬ ਕੀ ਹੈ? 10% ਵੋਟਾਂ ਉੱਪਰ ਥੱਲੇ ਹੋਣ ਦਾ ਇੱਕ ਹਲਕੇ ਤੋਂ ਦੂਜੇ ਹਲਕੇ 'ਚ ਮਤਲਬ ਕੀ ਹੈ? 10% ਦਾ ਮਤਲਬ ਹੈ ਕਿ 1.5-2 ਲੱਖ ਵੋਟ ਬਠਿੰਡੇ ਦੇ ਵਿੱਚ ਵੱਧ ਪੋਲ ਹੋਈ ਹੈ, ਅੰਮ੍ਰਿਤਸਰ ਜਲੰਧਰ ਅਤੇ ਹੁਸ਼ਿਆਰਪੁਰ ਦੇ ਵਿੱਚ ਘੱਟ ਪੋਲ ਹੋਈ ਹੈ, 1.5-2 ਲੱਖ ਵੋਟ। ਇਹਨੂੰ ਨੋਟ ਕਰਿਓ ਸਾਰੇ ਜਾਣੇ, ਕਿਉਂਕਿ ਜੇ ਬਠਿੰਡੇ ਦੇ ਵਿੱਚ 70% ਦੇ 69% ਦੇ ਕਰੀਬ ਵੋਟਾਂ ਪੋਲ ਹੋ ਸਕਦੀਆਂ ਤਾਂ ਅੰਮ੍ਰਿਤਸਰ ਕਿਹੜਾ ਨਹੀਂ ਹੋ ਸਕਦੀਆਂ, ਜਲੰਧਰ ਕਿਹੜਾ ਨਹੀਂ ਹੋ ਸਕਦੀਆਂ, ਹੁਸ਼ਿਆਰਪੁਰ ਕਿਹੜਾ ਨਹੀਂ ਹੋ ਸਕਦੀਆਂ। ਉਹ 1.5-2 ਲੱਖ ਬੰਦਾ ਇਹ 3 ਲੋਕ ਸਭਾ ਹਲਕਿਆਂ ਦੇ ਵਿੱਚ ਕਿਹਨਾਂ ਦਾ ਸਮਰਥਕ ਸੀ ਜਿਹੜਾ ਵੋਟ ਪਾਉਣ ਨਹੀਂ ਗਿਆ? ਕੀ ਉਹ ਅਕਾਲੀਆਂ ਦਾ ਸੀ, ਕੀ ਉਹ ਭਾਜਪਾ ਦਾ ਸੀ, ਕੀ ਉਹ ਕਾਂਗਰਸ ਦਾ ਸੀ, ਕੀ ਉਹ ਆਮ ਆਦਮੀ ਪਾਰਟੀ ਦਾ ਸੀ, ਜਾਂ ਕਿਸੇ 5ਵੀਂ ਧਿਰ ਦਾ ਸੀ? ਇਹ ਨਤੀਜਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ। ਬਠਿੰਡੇ ਦੇ ਵਿੱਚ ਜੇ ਬਹੁਤ ਵੱਡੀ ਗਿਣਤੀ 'ਚ ਵੋਟਾਂ ਪਈਆਂ, ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ, ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਦੂਸਰੇ ਪਾਸੇ ਜੀਤ ਮਹਿੰਦਰ ਸਿੰਘ ਸਿੱਧੂ, ਨਾਲ ਦੀ ਨਾਲ ਬੀਬੀ ਪਰਮਪਾਲ ਕੌਰ ਸਿੱਧੂ, ਉੱਧਰਲੇ ਪਾਸੇ ਲੱਖਾ ਸਿਧਾਣਾ, ਵੱਡੇ ਨਾਮ ਨੇ। ਇਹਦਾ ਮਤਲਬ ਹੈ ਕਿ ਹਰ ਇੱਕ ਨੇ ਆਪੋ ਆਪਣੇ ਸਮਰਥਕਾਂ ਨੂੰ ਮੋਟੀਵੇਟ ਕਰ ਲਿਆ ਸੀ। ਇਹਦਾ ਮਤਲਬ ਹੈ ਕਿ ਆਪੋ ਆਪਣੇ ਸਮਰਥਕਾਂ ਨੂੰ ਉਹ ਇਹ ਗੱਲ ਜਚਾਉਣ ਦੇ ਵਿੱਚ ਕਾਮਯਾਬ ਰਹੇ ਸੀ ਕਿ ਭਾਈ ਆਪਾਂ ਵੋਟ ਨਹੀਂ ਜੇ ਕੋਈ ਛੱਡਣੀ। ਅਤੇ ਦੂਸਰੇ ਨੰਬਰ ਦੇ ਉੱਤੇ ਫਿਰੋਜ਼ਪੁਰ ਹੈ, ਫਿਰੋਜ਼ਪੁਰ ਦੀਆਂ ਬਹੁਤੀਆਂ ਟਿਕਟਾਂ ਆਖਰੀ ਮੌਕੇ ਅਨਾਊਂਸ ਹੋਈਆਂ ਸੀ, ਚਾਹੇ ਤੁਸੀਂ ਸ਼ੇਰ ਸਿੰਘ ਘੁਬਾਇਆ ਹੋਰਾਂ ਨੂੰ ਦੇਖ ਲਓ, ਚਾਹੇ ਕਾਕਾ ਬਰਾੜ ਹੋਰੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਾਲੇ ਦੇਖ ਲਓ, ਆਖਰੀ ਮੌਕੇ 'ਤੇ ਟਿਕਟਾਂ ਅਨਾਊਂਸ ਹੁੰਦੀਆਂ ਪਰ ਵੋਟਾਂ 68-67% ਦੇ ਕਰੀਬ ਪੈ ਜਾਂਦੀਆਂ। ਇਸ ਕਰਕੇ ਕੁਝ ਹਲਕਿਆਂ ਦੇ, ਹੁਣ ਤੁਸੀਂ ਦੇਖੋ ਖਡੂਰ ਸਾਹਿਬ ਹਲਕੇ ਦਾ ਕਿੱਡਾ ਵੱਡਾ ਚਰਚਾ ਸੀ ਕਿ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਵਿੱਚ, ਕਿਉਂਕਿ ਆਪ ਮੁਹਾਰੇ ਪ੍ਰਚਾਰ ਜੇ ਚੱਲਿਆ ਤਾਂ ਖਡੂਰ ਸਾਹਿਬ ਚੱਲਿਆ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਰਦਾਰ ਸੁਖਬੀਰ ਸਿੰਘ ਬਾਦਲ, ਇਹਨਾਂ ਨੇ ਡਟ ਕੇ ਪ੍ਰਚਾਰ ਕੀਤਾ ਉੱਥੇ ਆਪੋ ਆਪਣੇ ਉਮੀਦਵਾਰਾਂ ਲਈ। ਸਰਦਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਤਾਂ ਲੋਕ ਤੁਰੇ ਜਿਹੜੇ ਉਹਨਾਂ ਦੇ ਸਮਰਥਕ ਸੀ। ਇਹਦੇ ਬਾਵਜੂਦ ਵੀ ਜੇ ਵੋਟਾਂ 62% ਦੇ ਆਸ ਪਾਸ ਰਹਿ ਗਈਆਂ, ਉਹ ਕਿਹੜੇ ਲੋਕ ਨੇ ਜਿਨ੍ਹਾਂ ਦੀ ਗਿਣਤੀ 38% ਬਣਦੀ ਹੈ ਅਤੇ ਉਹ ਵੋਟ ਪਾਉਣ ਨਹੀਂ ਆਏ? ਬਹੁਤ ਕੁਝ ਨਿਰਭਰ ਕਰੇਗਾ ਕਿ ਭਾਈ ਹੋਇਆ ਕੀ, ਘਟਿਆ ਵਾਪਰਿਆ ਕੀ, ਨਤੀਜੇ ਉੱਪਰ ਥੱਲੇ ਹੋ ਸਕਦੇ ਆ। ਦੇਖੋ ਨਤੀਜੇ ਤੇ ਉੱਪਰ ਥੱਲੇ ਹੋਣਗੇ ਨਾ, ਕਿਉਂਕਿ ਮੇਰਾ ਖਿਆਲ ਇੱਕ ਐਗਜ਼ਿਟ ਪੋਲ ਜਿਹਾ ਤੁਰਿਆ ਫਿਰਦਾ, ਹੁਣ ਪਤਾ ਨਹੀਂ ਉਹ ਸੱਚਾ ਜਾਂ ਝੂਠਾ, ਇਹ ਤਾਂ ਚਲੋ ਹੁਣ ਪਤਾ ਲੱਗ ਹੀ ਜਾਣਾ ਜਦੋਂ ਨਤੀਜੇ ਆ ਗਏ। ਉਹ ਕਹਿੰਦੇ ਕਾਂਗਰਸ ਪਾਰਟੀ ਦੀ ਝੰਡੀ ਹੈ ਜੀ, ਕਾਂਗਰਸ ਪਾਰਟੀ ਦੀ ਲੀਡ ਆ, ਚਲੋ ਮੰਨ ਲਈ। ਉਹਦੇ 'ਚ ਵੀ ਉਹ ਕਹਿੰਦੇ ਵੀ ਖਾਲੀ 7-8 ਸੀਟਾਂ ਕਾਂਗਰਸ ਪਾਰਟੀ ਇਕੱਲੀ ਨੇ ਲੈ ਜਾਣੀਆਂ। ਫਿਰ ਉਹ ਕਹਿੰਦੇ ਜੀ BJP ਐਵੇਂ ਨਾ ਜਾਣਿਓ, 2-3 ਸੀਟਾਂ ਉਹਨਾਂ ਦੀਆਂ ਨੇ। ਹੁਣ 2-3 ਸੀਟਾਂ ਕਿਹੜੀਆਂ ਹੋਣਗੀਆਂ ਇਹਦਾ ਹਿਸਾਬ ਤਾਂ ਪੰਜਾਬ ਵਾਲੇ ਲਾ ਲੈਣ, ਕਿਉਂਕਿ ਐਗਜ਼ਿਟ ਪੋਲਾਂ ਦੇ ਅੰਕੜੇ ਦੱਸ ਰਿਹਾ, ਮੈਨੂੰ ਨਹੀਂ ਪਤਾ ਵੀ ਕਿਹਨਾਂ ਨੇ ਕੀਤਾ ਇਹ ਸਰਵੇ ਜਾ ਕੇ। ਜਿਹੜੀ ਧਿਰ ਰਾਜ ਕਰਦੀ ਧਿਰ, ਮੁੱਖ ਮੰਤਰੀ ਸਾਹਿਬ ਕਹਿੰਦੇ 13-0, ਭਾਈ ਸਾਹਿਬ ਹੋਰ ਹੈ ਹੀ ਕੋਈ ਨਹੀਂ, ਉਹਨਾਂ ਨੂੰ ਸੱਚੀ ਮੁੱਚੀ 0 ਦਿੰਦੇ ਨੇ, ਜਾਂ ਕਹਿੰਦੇ ਨੇ 1 ਜਾਂ 2 ਆ ਸਕਦੀਆਂ। ਹੁਣ ਜਿਹੜੀ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 0 ਬਾਕੀ ਰਹਿ ਜਾਣੇ, 13 ਸਾਡੀਆਂ ਹੋਣਗੀਆਂ, ਐਗਜ਼ਿਟ ਪੋਲ ਆਖੀ ਜਾਂਦਾ ਵੀ 0 ਹੀ ਰਹਿ ਜਾਣੀ ਇਹਨਾਂ ਦੀ, ਹੋ ਸਕਦਾ 1 ਅੱਧੀ ਆ ਜਾਵੇ ਕਿਤੇ,
ਇਹ ਕਿੱਦਾਂ ਪੋਸੀਬਲ ਹੈ ਵੀ ਜੇ ਮੰਨ ਲਓ 2-2.5 ਸਾਲ ਦੇ ਰਾਜ ਕਰਨ ਤੋਂ ਬਾਅਦ ਕੀ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਉਹਨਾਂ ਦੇ ਕਿਸੇ ਕੰਮ ਨੂੰ ਵੋਟ ਨਹੀਂ ਪੈਣੀ, ਇਹਦਾ ਮਤਲਬ 0 ਰਹਿ ਜਾਣਗੇ? ਹੁਣ ਪਤਾ ਨਹੀਂ ਸੱਚ ਕੀ ਝੂਠ ਕੀ, ਆਪਾਂ ਨੂੰ ਪਤਾ ਰਿਜ਼ਲਟ ਆਊਗਾ। ਉਹਦੇ ਬਾਵਜੂਦ ਜਿਹੜੀਆਂ ਧਿਰਾਂ ਕਹਿ ਲਓ ਕਿ ਵੀ ਇਹਨਾਂ ਮੁੱਖ ਜਿਹੜੀਆਂ ਕਹਿ ਲਓ ਕਿ ਵੀ ਧਿਰਾਂ ਨੇ, ਇਹਨਾਂ ਤੋਂ ਵੱਖਰੀਆਂ ਨੇ। ਅਕਾਲੀ ਦਲ ਦੀ ਗੱਲ ਵੀ ਕਰਦੇ ਨੇ ਸ਼ਾਇਦ 1-2 ਸੀਟਾਂ ਦੀ ਗੱਲ, ਇੱਕ ਦੀ ਮੈਂ ਤਾਂ ਕਿਤੇ ਪੜ੍ਹੀ, ਹੋਰ 2 ਵਾਲੀ ਤਾਂ ਗੱਲ ਹੈ ਨਹੀਂ ਕਿਤੇ। ਪਰ ਜਿਹੜੀਆਂ ਅਦਰਸ ਦੀ ਝੋਲੀ 'ਚ ਪਾਉਂਦੇ ਨੇ 2-4 ਸੀਟਾਂ, ਹੁਣ ਚਲੋ 2 ਸੀਟਾਂ ਵੀ ਸਮਝ ਆਉਂਦੀਆਂ ਨੇ, 3ਜੀ ਵੀ ਸਮਝ ਆਉਂਦੀ ਹੈ। ਮੈਂ ਜਦੋਂ ਕਹਿੰਦਾ ਤਾਂ ਮੇਰਾ ਖਿਆਲ ਹੋ ਸਕਦਾ ਕਈਆਂ ਦੇ ਦਿਮਾਗ 'ਚ ਗਿਣਤੀ ਆ ਜਾਈ ਹੋਵੇ। ਜੇ ਉਹ 4ਥੀ ਵੀ ਕਹਿੰਦੇ ਨੇ ਤਾਂ ਫਿਰ ਉਹ ਕਿਹੜੀ ਸੀਟ ਹੋਈ ਕਹਿਣ ਤੋਂ ਭਾਵੇਂ ਬਸਪਾ ਨੂੰ ਵੀ ਵਿੱਚ ਲੈਂਦੇ ਆ ਅਦਰਸ 'ਚ? ਮੈਂ ਉਹੀ ਕਹਿ ਰਿਹਾ ਵੀ ਉਹ ਕਿਹੜੀ ਸੀਟ ਹੋਊਗੀ ਅਤੇ ਕਿਹੜੇ ਪਾਸੇ ਜਾਊਗੀ ਨਾ, ਇਹੀ ਤਾਂ ਗੱਲ ਹੈ। ਵੀ ਜੇ ਮੰਨ ਲਓ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਨਾ ਕਾਂਗਰਸ ਜਿੱਤਦੀ ਆ, ਨਾ ਆਪ ਜਿੱਤਦੀ ਆ, ਨਾ ਅਕਾਲੀ ਦਲ ਜਿੱਤਦਾ, ਨਾ ਭਾਜਪਾ ਜਿੱਤਦੀ ਆ, ਆਪਾਂ ਇਹ ਵੀ ਕਰ ਲੈਂਦੇ ਹਾਂ ਵੀ ਨਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਤੇ ਅਤੇ ਨਾ ਕੋਈ ਇੰਡੀਪੈਂਡੈਂਟ ਜਿੱਤੇ, ਫਿਰ ਉਹ ਤੋਂ ਬਿਨਾਂ ਕਿਹੜੀ ਐਸੀ ਧਿਰ ਆ ਪੰਜਾਬ 'ਚ ਅਤੇ ਕਿਹੜੀ ਸੀਟ ਆ ਜਿੱਥੋਂ ਉਹ ਇੱਕ ਵੱਖਰੀ ਧਿਰ ਵਾਲਾ ਕੋਈ ਬੰਦਾ ਜਿਹੜਾ ਉਹ ਜਿੱਤ ਸਕਦਾ? ਹੁਣ ਇਹ ਕੈਲਕੂਲੇਸ਼ਨ ਮੇਰਾ ਖਿਆਲ ਇਹ ਜੇ ਲਾਉਣ ਲੱਗ ਪਏ ਪੰਜਾਬੀ ਤਾਂ ਹੋ ਸਕਦਾ ਅਗਲਾ ਬੰਦਾ ਕਾਪੀਆਂ ਕਾਲੀਆਂ ਕਰ ਲਏ, ਫਿਰ ਅਖੀਰ 'ਤੇ ਕਹਿਣਾ ਇਹੋ ਪੈਣਾ ਉਹ ਯਾਰ ਕੋਈ ਨਹੀਂ ਨਤੀਜੇ ਆ ਹੀ ਜਾਣੇ ਯਾਰ, ਆਪਾਂ ਨੂੰ ਪਤਾ ਲੱਗ ਹੀ ਜਾਣਾ, ਕੋਈ ਫਰਕ ਨਹੀਂ ਪੈਂਦਾ। ਹੁਣ ਇਹ ਜਿਸ ਤਰ੍ਹਾਂ ਦੇ ਐਤਕੀ ਐਗਜ਼ਿਟ ਪੋਲ ਆ, ਕਿਉਂਕਿ ਜਦੋਂ ਦੇਸ਼ ਲੈਵਲ ਦੇ ਐਗਜ਼ਿਟ ਪੋਲਸ ਦੀ ਆਪਾਂ ਗੱਲ ਕਰਦੇ, ਬਹੁਤਾ ਕਰਕੇ ਬੰਦਾ ਕਹਿੰਦਾ ਯਾਰ ਸਾਨੂੰ ਸਮਝ ਨਹੀਂ ਹੋ ਸਕਦਾ ਸੱਚ ਹੀ ਹੋਵੇ, ਪਰ ਜਦੋਂ ਪੰਜਾਬ ਦਾ ਐਗਜ਼ਿਟ ਪੋਲ ਜਾਂ ਸਾਹਮਣੇ ਆਉਂਦਾ ਤਾਂ ਉੱਤੋਂ ਇਹੋ ਜਿਹੇ ਅੰਕੜੇ ਸਾਹਮਣੇ ਆਉਂਦੇ ਨੇ ਅਤੇ ਕਈ ਬੰਦੇ ਸਿਰ ਖੁਰ ਕੇ ਵੇਂਹਦੇ ਵੀ ਯਾਰ ਇਹ ਸਮਝ ਨਹੀਂ ਆ ਰਹੀ ਵੀ ਇਹ ਕਿੱਦਾਂ ਪੋਸੀਬਲ। ਹੁਣ ਜੇ ਤੁਹਾਨੂੰ ਕੋਈ ਸਮਝ ਆਈ ਤਾਂ ਤੁਸੀਂ ਦੱਸ ਦਿਓ। ਉੱਤੇ ਦੇਖੋ ਸੰਧਾਲੀਆ ਸਾਹਿਬ, ਜਿਹੜੇ ਤਾਂ ਨੈਸ਼ਨਲ ਸਟਾਈਲ ਖੇਡਦੇ ਆ, ਜਿਹੜੀਆਂ ਕੰਪਨੀਆਂ ਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਕੰਪਨੀਆਂ ਸਰਵੇ ਕਰਦੀਆਂ, ਐਗਜ਼ਿਟ ਪੋਲ ਕਰਦੀਆਂ, ਸ਼ਾਇਦ ਉਹਨਾਂ ਨੂੰ ਪੰਜਾਬ ਦੀ ਬਣਤਰ ਹੀ ਨਹੀਂ ਸਮਝ ਆਉਂਦੀ, ਸਿਆਸੀ ਬਣਤਰ ਦੀ ਗੱਲ ਕਰਦਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਖਰੇਵਾਂ ਪੰਜਾਬ ਦੇ ਅੰਦਰ ਵੀ। ਆਪਾਂ ਬੀਤੇ ਕੱਲ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਨਤੀਜੇ ਜਿਹੜੇ ਆ ਨਾ, ਇਹ ਪੰਜਾਬ ਦੇ ਨਤੀਜੇ ਕਿਸੇ ਪਾਰਟੀ ਦੇ ਹੱਕ 'ਚ ਕੋਈ ਲਹਿਰ ਨਹੀਂ, ਕਿਸੇ ਪਾਰਟੀ ਦੇ ਵਿਰੋਧ ਦੇ ਵਿੱਚ ਕੋਈ ਲਹਿਰ ਨਹੀਂ ਸੀ ਪੰਜਾਬ 'ਚ, ਇਹ ਗੱਲ ਕਲੀਅਰ ਹੈ। ਹਰ ਇੱਕ ਹਲਕੇ ਦਾ ਵੱਖਰਾ ਮੁੱਦਾ ਸੀ, ਵੱਖਰਾ ਰੁਝਾਨ ਸੀ। ਮੈਂ ਥੋੜ੍ਹੀਆਂ ਉਦਾਹਰਨਾਂ ਦੇ ਦਿੰਦਾ। ਸ਼੍ਰੀ ਖਡੂਰ ਸਾਹਿਬ 'ਚ ਜੋ ਚਰਚਾ ਸੀ, ਜੋ ਲਹਿਰ ਸੀ, ਜਿਸ ਤਰੀਕੇ ਦੇ ਮੁੱਦੇ ਹਾਵੀ ਹੋਏ ਸੀ, ਉਹ ਅੰਮ੍ਰਿਤਸਰ ਦੇ ਵਿੱਚ ਹਾਵੀ ਨਹੀਂ ਸੀ ਮੁੱਦੇ, ਗੁਆਂਢ ਦੇ ਵਿੱਚ ਹੀ ਹੈ ਹਲਕਾ, ਬਿਲਕੁਲ ਗੁਆਂਢ ਦੇ ਵਿੱਚ ਹੈ, ਜਲੰਧਰ ਵੀ ਨਾਲ ਲੱਗਦਾ। ਤੁਸੀਂ ਦੇਖੋ ਕਿ ਜਿਹੜੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਮੁੱਦੇ ਸਨ, ਜੋ ਸਲੋਗਨ ਸਨ, ਜੋ ਭਾਸ਼ਣਾਂ ਦੀ ਟੋਨ ਸੀ ਅਤੇ ਕੰਟੈਂਟ ਸੀ, ਤੁਹਾਨੂੰ ਜਲੰਧਰ ਲੱਭਾ, ਤੁਹਾਨੂੰ ਹੁਸ਼ਿਆਰਪੁਰ ਲੱਭਾ, ਤੁਹਾਨੂੰ ਪਟਿਆਲੇ ਲੱਭਾ, ਫਰੀਦਕੋਟ ਦੀ ਗੱਲ ਕਰ ਲਓ, ਫਰੀਦਕੋਟ ਦੇ ਨਾਲ ਹੀ ਬਠਿੰਡਾ ਹੈ, ਫਰੀਦਕੋਟ ਦੇ ਨਾਲ ਹੀ ਫਿਰੋਜ਼ਪੁਰ ਹੈ। ਜੋ ਫਰੀਦਕੋਟ ਦੇ ਵਿੱਚ ਚਰਚਾ ਚੱਲੀ ਆਖਰੀ 10 ਦਿਨਾਂ ਦੇ ਵਿੱਚ, ਜੋ ਉੱਥੇ ਮੁੱਦਾ ਸੀ, ਜੋ ਲੋਕਾਂ ਦੀ ਜ਼ੁਬਾਨ ਦੇ ਉੱਤੇ ਸੀ, ਲੋਕਾਂ ਦੇ ਜ਼ਿਹਨ ਦੇ ਵਿੱਚ ਸੀ, ਉਹ ਬਠਿੰਡੇ ਤਾਂ ਨਹੀਂ ਸੀ, ਉਹ ਫਿਰੋਜ਼ਪੁਰ ਤਾਂ ਨਹੀਂ ਸੀ, ਬਿਲਕੁਲ ਨਾਲ ਲੱਗਦੇ ਹਲਕੇ। ਜਾਣੀ ਹਰ ਇੱਕ ਲੋਕ ਸਭਾ ਹਲਕਾ ਜਿਹੜਾ ਪੰਜਾਬ ਦਾ, 13 ਹੀ ਨੇ ਸਾਡੇ ਕੋਲ ਲੈ ਦੇ ਕੇ, ਤਾਂ 13 ਹਲਕਿਆਂ ਦੇ ਵਿੱਚ 13 ਤਰ੍ਹਾਂ ਦਾ ਵਖਰੇਵਾਂ ਸੀ। ਇਸ ਕਰਕੇ ਮਤ ਸੋਚਿਓ ਕਿ ਭਾਈ ਇੱਕ ਲਹਿਰ ਦੇ ਵਿੱਚ ਸਾਰੇ ਜਿੱਤ ਜਾਣੇ ਆ, ਜੇ ਇੱਕ ਲਹਿਰ ਦੇ ਵਿੱਚ ਸਾਰੇ ਹਰ ਜਾਣੇ ਆ, ਜੇ ਇੱਕ ਪਾਰਟੀ ਨਹੀਂ ਸਭ ਕੁਝ ਹੁੰਝਾ ਫਿਰ ਕੇ ਲੈ ਜਾਣਾ। ਇੱਥੇ ਵੱਡੀਆਂ ਤੋਪਾਂ ਡਿੱਗ ਸਕਦੀਆਂ ਨੇ ਅਤੇ ਕਈ ਨਵੀਆਂ ਜਿਹੜੀਆਂ ਨੇ ਉਹ ਤੋਪਾਂ ਬਣ ਸਕਦੀਆਂ ਨੇ। ਇਹ ਬਿਲਕੁਲ ਹੋ ਸਕਦਾ ਜੀ। ਸੋ ਇਹ ਇਹ ਹੁਣ ਜਿਹੜਾ ਕਹਿ ਲਓ ਕਿ ਵੀ 4 ਵਾਲੇ ਨਤੀਜੇ ਨੇ ਐਗਜ਼ਿਟ ਪੋਲਸ ਨੂੰ ਸੁਣਨ ਤੋਂ ਬਾਅਦ, ਦੇਖਣ ਤੋਂ ਬਾਅਦ, ਜਿੱਦਾਂ ਬਹੁਤਾ ਕਰਕੇ ਇੱਕ ਹੁੰਦਾ ਵੀ ਕਈ ਬੰਦੇ ਹੁੰਦੇ ਨੇ ਉਹ ਇੱਕ ਪਾਰਟੀ ਵਾਲੇ ਪਾਸੇ ਹੁੰਦੇ ਨੇ, ਕਈ ਦੂਜੀ ਪਾਰਟੀ ਵਾਲੇ ਪਾਸੇ ਹੁੰਦੇ ਨੇ, ਪਰ ਬਹੁਤਾ ਕਰਕੇ ਨਿਊਟਰਲ ਜਿਹੇ ਬੰਦੇ ਵੀ ਹੁੰਦੇ ਨੇ, ਉਹ ਕਹਿੰਦੇ ਵੀ ਚੱਲ ਠੀਕ ਆ ਯਾਰ, ਭਲਵਾਨਾਂ ਦਾ ਘੋਲ ਆ, ਆਪਾਂ ਵੇਖਦੇ ਹਾਂ ਕੌਣ ਜਿੱਤਦਾ ਕੌਣ ਢਹਿੰਦਾ। ਹੁਣ ਕੌਣ ਜਿੱਤਦਾ ਅਤੇ ਕੌਣ ਢਹਿੰਦਾ ਦੇ ਵਿੱਚ ਐਗਜ਼ਿਟ ਪੋਲ ਦੇ ਜਦੋਂ ਨਤੀਜੇ ਜੇ ਇਸ ਤਰ੍ਹਾਂ ਦੇ ਆਉਂਦੇ ਨੇ, ਅਤੇ ਇਹ ਉੱਦਾਂ ਹੀ ਸੀਗਾ ਬਿਲਕੁਲ ਵੀ ਜਿੱਦਾਂ ਮੰਨ ਲਓ ਪਿੰਡ 'ਚ ਛਿੰਝ ਪੈਣੀ ਹੋਵੇ ਅਤੇ ਰੌਲਾ ਹੋਵੇ ਵੀ ਐਤਕੀ ਵੀ ਫਲਾਨਾ ਭਲਵਾਨ ਹੈ ਬਈ, ਉਹਦੀ ਵੀ ਐਤਕੀ ਵੀ ਕੁਸ਼ਤੀ ਵੇਖਣ ਵਾਲੀ ਹੋਣੀ, ਵੀ ਬੜਾ ਰੌਲਾ ਵੀ ਉਹਦਾ ਲਾਗੇ ਲਾਗੇ ਪਿੰਡਾਂ 'ਚ
ਵੀ ਉਹਦੇ ਆਉਂਦਿਆਂ ਸਾਰੇ ਹੀ ਪੰਜਾਂ ਮਿੰਟਾਂ 'ਚ ਅਗਲੇ ਨੂੰ ਚਿੱਤ ਕਰਕੇ ਪਾਸੇ ਕਰ ਦਿੰਦਾ, ਅਤੇ ਬਾਅਦ ਦੇ ਵਿੱਚ ਰੌਲਾ ਜਿਹੜਾ ਜੀ ਉਹਦੀ ਬਜਾਏ ਸਾਹਮਣੇ ਮੇਲੇ 'ਚ ਇਹ ਆ ਜਾਵੇ ਵੀ ਨਹੀਂ ਯਾਰ ਜਿਹਦਾ ਰੌਲਾ ਸੀ ਉਹਦਾ ਤਾਂ ਲੱਭਾ ਹੀ ਕੁਛ ਨਹੀਂ, ਉਹ ਦੂਜੇ ਭਲਵਾਨ ਨੇ ਤਾਂ ਦੋਵਾਂ ਮਿੰਟਾਂ ਦੇ ਵਿੱਚ ਉਹਨੂੰ ਗੋਡਿਆਂ ਥੱਲੇ ਲੈ ਲਿਆ ਅਤੇ ਗੱਲ ਮੋਗੀ। ਇਹ ਮੈਂ ਐਗਜ਼ਿਟ ਪੋਲ ਦੀ ਗੱਲ ਕਰਦਾ ਵੀ ਜੇ ਹੁਣ ਇੱਦਾਂ ਦੀ ਖਬਰ ਕਿਸੇ ਤੀਜੇ ਬੰਦੇ ਨੂੰ ਸੁਣਾਈ ਜਾਵੇ ਉਹਨੂੰ ਕਹਿੰਦਾ ਛੱਡ ਖੜਾ ਯਾਰ ਫਿਰ ਗੱਲ ਬਣੀ ਨਹੀਂ। ਹੁਣ ਫਿਰ ਉਹ ਕਹਿੰਦਾ ਵੀ ਨਹੀਂ ਯਾਰ ਆਪਾਂ ਕਿਸੇ ਹੋਰ ਮੇਲੇ ਦੀ ਗੱਲ ਕਰਦੇ, ਪਰ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਸੱਚੀ ਮੁੱਚੀ ਵਾਲਾ ਅਖਾੜਾ 4 ਤਰੀਕ ਨੂੰ ਲੱਗਣਾ, ਉਸ ਦਿਨ ਕਿਹੜਾ ਭਲਵਾਨ ਢਹਿੰਦਾ ਕਿਹੜਾ ਭਲਵਾਨ ਬਣਦਾ ਉਹਦੇ 'ਚ ਇੰਟਰਸਟ ਘੱਟੋ ਘੱਟ ਬਣ ਗਿਆ, ਜਿੰਨਾ ਕੁ ਵਿਰੋਧ ਹੁਣ ਕਹਿ ਲਓ ਕਿ ਇੰਡੀਆ ਗੱਠਜੁੱਟ ਵਾਲਿਆਂ ਨੇ ਐਗਜ਼ਿਟ ਪੋਲਾਂ ਦਾ ਕੀਤਾ ਜਾਂ ਬੀਜੇਪੀ ਨੇ ਵੀ ਕੀਤਾ। ਆਪੋ ਜ਼ਿਕਰ ਕਰ ਦਈਏ ਬੀਜੇਪੀ ਵਾਲੇ ਪਾਸਿਓਂ ਆਵਾਜ਼ ਇਹ ਆਈ, ਉਹ ਕਹਿੰਦੇ ਕਿਹੜੇ ਐਗਜ਼ਿਟ ਪੋਲਾਂ ਦੀ ਗੱਲ ਕਰਦੇ, 450 ਤੋਂ ਪਾਰ ਜੇ ਕਿਹਾ ਸੀ ਤਾਂ 400 ਤੋਂ ਪਾਰ ਬੀਜੇਪੀ ਹੋਊਗੀ। ਤੁਸੀਂ ਦੇਖੋ ਐਗਜ਼ਿਟ ਪੋਲਾਂ ਦੇ ਏਡੇ ਵੱਡੇ ਬਹੁਮਤ ਤੋਂ ਬਾਅਦ ਵੀ ਜੇ ਅਗਲੇ 400 ਪਾਰ ਦੀ ਗੱਲ ਕਰਦੇ ਨੇ ਤਾਂ ਫਿਰ ਕੌਨਫੀਡੈਂਸ ਤਾਂ ਹੈਗਾ ਹੀ ਉਹਨਾਂ ਦਾ। ਸੰਧਾਲੀਆ ਸਾਹਿਬ ਕਿਹੜਾ ਰੈਲੀਆਂ ਹੋ ਰਹੀਆਂ, ਕਿਹੜਾ ਰੋਡ ਸ਼ੋਅ ਹੋ ਰਿਹਾ, ਗੱਲਾਂ ਤਾਂ ਕਰਨੀਆਂ ਹੀ ਆ ਅਤੇ ਗੱਲਾਂ ਕਰਨ ਨੂੰ ਕੁਛ ਨਾ ਕੁਛ ਤਾਂ ਚਾਹੀਦਾ। ਬਾਕੀ ਅਸੀਂ 2 ਸਲਾਹਾਂ ਤੁਹਾਨੂੰ ਦੇਣੀਆਂ। ਪਹਿਲੀ ਗੱਲ ਹੈ ਕਿ ਭਲਕੇ ਕੱਲ੍ਹ ਨੂੰ ਜਦੋਂ ਨਤੀਜੇ ਸ਼ੁਰੂ ਹੋਣੇ ਆ, ਜਦੋਂ ਰੁਝਾਨ ਆਉਣੇ ਆ, ਜਦੋਂ EVM ਮਸ਼ੀਨਾਂ ਦੇ ਉੱਤੇ ਅਜੇ ਕੱਪੜਾ ਕੁਪੜਾ ਮਾਰਦੇ ਹੋਣਾ ਨਾ ਕਾਊਂਟਿੰਗ ਜਿਹੜੇ ਅਧਿਕਾਰੀ ਨੇ, ਗਿਣਤੀ ਕੇਂਦਰਾਂ ਦੇ ਬਾਹਰ ਜਦੋਂ ਅਜੇ ਕਾਊਂਟਿੰਗ ਏਜੰਟ ਜਿਹੜੇ ਅੱਜ ਫਾਰਮ ਫੁਰਮ ਭਰਦੇ ਹੋਣੇ ਆ, ਅਸੀਂ ਪ੍ਰਾਈਮ ਏਸ਼ੀਆ TV ਦੇ ਉੱਤੇ ਰੁਝਾਨ ਅਤੇ ਨਤੀਜਿਆਂ ਦਾ ਪ੍ਰੋਗਰਾਮ ਲੈ ਕੇ ਉਸੇ ਵੇਲੇ ਹਾਜ਼ਰ ਹੋ ਜਾਣਾ। ਅਸੀਂ ਤੁਹਾਡੇ ਨਾਲ ਉਦੋਂ ਤੱਕ ਰਹਿਣਾ ਜਦੋਂ ਤੱਕ ਆਖਰੀ ਵੋਟ ਨਾ ਗਿਣ ਹੋਗੀ 542 ਲੋਕ ਸਭਾ ਹਲਕਿਆਂ ਦੀ, ਕਿਉਂਕਿ 1 ਸੀਟ ਦੀ ਚੋਣ ਬਾਅਦ ਵਿੱਚ ਹੋਣੀ ਆ। ਉੱਥੇ ਉਮੀਦਵਾਰ ਸਾਹਿਬ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੀ ਹੈ ਉਹ ਕੋਈ ਘਟਨਾ ਘਟ ਗਈ ਸੀ, ਇਸ ਕਰਕੇ 542 ਸੀਟਾਂ ਦੀ ਗਿਣਤੀ ਭਲਕੇ ਹੋਣੀ ਹੈ। ਅਸੀਂ ਭਲਕੇ ਟਾਈਮ ਨਾਲ ਬਹਿ ਜਾਣਾ, ਪੱਠਾ ਦੱਥਾ ਕਰਦੇ ਹੋ ਤਾਂ ਅੱਜ ਤਕਾਲਾਂ ਨੂੰ ਲੈ ਆਇਓ, ਹੋਰ ਕੰਮ ਧੰਦੇ ਕਰਦੇ ਹੋ ਤਾਂ ਟਾਈਮ ਨਾਲ ਨਿਬੇੜ ਲਿਓ, ਪਰ ਜਿਹੜੇ ਪੋਲੀਟੀਕਲ ਪਾਰਟੀ ਸਿਆਸੀ ਪਾਰਟੀਆਂ ਦੇ ਨਾਲ ਬਹੁਤ ਨੇੜੇ ਦੇ ਸੰਬੰਧ, ਤੁਸੀਂ ਨਿੰਬੂ ਲਿਆ ਕੇ ਰੱਖਣੇ ਆ ਭਾਈ, ਨਤੀਜੇ ਦਾ ਕੀ ਪਤਾ ਕਿੱਧਰਲੇ ਪਾਸੇ ਨਹੀਂ ਜਾਣਾ, ਸੋ ਨਿੰਬੂ ਪਾਣੀ ਰੱਜ ਕੇ ਪੀਣਾ ਕੱਲ੍ਹ ਨੂੰ। ਆਹ ਤਾਂ ਫਿਰ ਤੁਸੀਂ ਗੱਲਾਂ ਮਾੜੀਆਂ ਕਹਿ ਦੀਆਂ ਵੀਰ ਜੀ, ਨਿੰਬੂ ਪਾਣੀ ਨਾਲ ਜੇ ਨਾ ਗੱਲ ਬਣੇ ਤਾਂ ਜਿਹੜਾ ਡਾਕਟਰ ਹੁੰਦਾ ਨਾ ਲਾਗੇ, ਜਿਹੜਾ ਆਮ ਤੌਰ 'ਤੇ ਉਸੇ ਵੇਲੇ ਮੋਟਰਸਾਈਕਲ 'ਤੇ ਆ ਜਾਂਦਾ, ਉਹਨੂੰ ਫੋਨ ਕਰਕੇ ਰੱਖਣਾ ਵੀ ਬਈ ਬੰਦੇ ਸਾਡੇ ਦਾ BP ਘੱਟ ਵੀ ਸਕਦਾ ਅਤੇ ਬੰਦੇ ਸਾਡੇ ਦਾ BP ਵੱਧ ਵੀ ਸਕਦਾ, ਦੋਵੇਂ ਤਰ੍ਹਾਂ ਦੇ ਟੀਕੇ ਤਿਆਰ ਰੱਖਣੇ ਆ, ਜਿੱਦਾਂ ਦਾ ਮਾਹੌਲ ਹੋਵੇ ਉਸ ਤਰ੍ਹਾਂ ਦਾ ਟੀਕਾ ਆਪਾਂ ਲਾ ਲੈਣਾ। ਬਾਕੀ ਚਲੋ ਦਾਅਵੇ ਆਪੋ ਆਪਣੇ ਕਰ ਦਿੱਤੇ ਆ ਜੀ, ਵਿਰੋਧੀ ਤਰ੍ਹਾਂ ਕਹਿੰਦੀਆਂ ਵੀ ਐਗਜ਼ਿਟ ਪੋਲ ਗਲਤ ਨੇ, ਅਸੀਂ ਜਿੱਤ ਰਹੇ ਹਾਂ, 295 ਸੀਟਾਂ ਘੱਟੋ ਘੱਟ ਦਾ ਦਾਅਵਾ ਉਹਨਾਂ ਦਾ, BJP ਧਿਰ ਜਾਂ NDA ਧਿਰ ਦਾ ਦਾਅਵਾ ਵੀ ਐਗਜ਼ਿਟ ਪੋਲ ਗਲਤ ਨੇ, ਅਸੀਂ ਤਾਂ 400 ਤੋਂ ਪਾਰ ਜਾਵਾਂਗੇ। ਇਹਦਾ ਮਤਲਬ ਗੇਮ ਅਜੇ ਹੋਰ ਪਹੂਗੀ, ਨਤੀਜਾ ਕੀ ਉਹ ਆਪਾਂ ਉਹਦੀ ਗੱਲ ਕਰਾਂਗੇ। ਪ੍ਰੋਗਰਾਮ 'ਚ ਜੁੜਨ ਲਈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਉਹ ਲਾਈਕ ਕਰਦਾ ਕਰੋ ਅਤੇ ਵਟਸਐਪ ਤੁਹਾਡਾ ਵੀ ਬਹੁਤ ਧੰਨਵਾਦ ਮਹਾਰਾਜ, ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਲਓ ਜੀ ਦਿਓ ਇਜਾਜ਼ਤ ਅਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।